ਵੇ ਸਿਵ ਤੁਖ ਸਮਦੀ ਨੂਰ ਅਰਸੋ ਹੁ ਕੁਰਸੋ ਛੱਟੀ ਐ ਤੁਧ ਡਿਠੈ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸਚਾ ਪਾਤਸ਼ਾਹ ਸਿਰ ਸ਼ਾਹ ਦੇਸ਼ਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਵਾਹਿਗੁਰੂ ਜੀ ਬਸੰਤ ਮਹਿਲਾ ਤੀਜਾ ਬਨਸਪਤ ਮੌਲੀ ਚੜਿਆ ਬਸੰਤ ਏ ਮਨ ਮੌਲਿਆ ਸਤਗੁਰ ਸੰਗ ਮਨੁ ਸਪਤ ਮੌਲੀ ਚੜਿਆ ਬਸੰਤ ਏ ਮਨ ਮੌਲਿਆ ਸਤਗੁਰ ਸੰਗ ਤੁਮ ਸਾਚ ਧਿਆਵੋ ਮੁਗਦ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਰਹਾ ਇਤ ਮਨ ਮੌਲੀ ਐ ਪਿਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਖ ਵਖਾਣੈ हुक्म बूजै ता ए जान कहत नानक हौ मैं कह न कोई आखण वेखण सब साहिब ते हो कहत नानक हौ मै कह न कोई ਆਖਣ ਵੇਖਣ ਸਭ ਸਾਹਿਬ ਤੇ ਹੋਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਜੁਗ ਜੋਗ ਅਟਲ ਬਾਣੀ ਦੇ ਬੋਹਿਤ ਅਤਿ ਬ੍ਰਹਮ ਗਿਆਨ ਦੇ ਸਾਗਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਪਰਮ ਸਤਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਪਰੰਪਿਤ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅਮਰਤ ਵੇਲੇ ਸਤ ਸੰਗਤ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਦੀ ਸਰਵਨਕਾਰੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ ਉਸ ਨਾਲ ਸੰਬੰਧਿਤ ਗੁਰੂ ਕੀ ਇਹ ਪਾਵਨ ਅਮੋਲ ਬਚਨ ਬਸੰਤ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ ਸੂਰਜ ਤੇ ਧਰਤੀ ਦੀ ਚਾਲ ਦੇ ਨਾਲ ਰੁੱਤਾਂ ਬਦਲਦੀਆਂ ਨੇ ਉਹਨਾਂ ਰੁੱਤਾਂ ਦਾ ਬਨਸਪਤੀ ਤੇ ਪ੍ਰਭਾਵ ਪੈਂਦਾ ਹੈ ਬਸੰਤ ਰੁੱਤ ਚੱਲ ਰਹੀ ਹੈ ਬੜੀ ਸੁਹਾਵਣੀ ਰੁੱਤ ਹੈ ਬਸੰਤ ਦੇ ਆਉਂਦੇ ਬਨਸਪਤੀ ਮੌਲ ਉੱਠਦੀ ਹੈ ਫੁੱਲ ਖਿੜਦੇ ਨੇ ਖੇਤਾਂ ਦੇ ਵਿੱਚ ਸਰੋਂ ਦੇ ਉੱਪਰ ਖਿੜੇ ਹੋਏ ਫੁੱਲ ਬੜੇ ਸੋਹਣੇ ਲੱਗਦੇ ਨੇ ਫੁੱਲਾਂ ਤੇ ਭੌਰੇ तितਲੀਆਂ ਮਡਰਾਉਂਦੀਆਂ ਨੇ ਅੰਬਾਂ ਤੇ ਬੂਰ ਆਉਂਦਾ ਹੈ ਬਾਗਾਂ ਵਿੱਚ ਕੋਇਲਾਂ ਬੋਲਦੀਆਂ ਨੇ ਬੜਾ ਹੀ ਪਿਆਰਾ ਜਿਹਾ ਸੁਖਦਾਈ ਇਹ ਮੌਸਮ ਹੈ ਸਤਗੁਰੂ ਜੀ ਕਹਿੰਦੇ ਜਿਵੇਂ ਬਸੰਤ ਆਉਂਦੀ ਹੈ ਬਨਸਪਤੀ ਮੌਲਦੀ ਹੈ ਰੁੱਤਾਂ ਬਦਲਣ ਦੇ ਨਾਲ ਬਨਸਪਤੀ ਤੇ ਪ੍ਰਭਾਵ ਪੈਂਦਾ ਹੈ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਵੀ ਜੋ ਬਾਹਰਲੀ ਸੰਗਤ ਹੈ ਉਹਦਾ ਮਨੁੱਖ ਦੇ ਮਨ ਤੇ ਪ੍ਰਭਾਵ ਪੈਂਦਾ ਹੈ ਬਾਹਰਲੇ ਹਾਲਾਤ ਮਨੁੱਖ ਦੇ ਮਨ ਨੂੰ ਪ੍ਰਭਾਵਿਤ ਕਰਦੇ ਨੇ ਗੁਰਬਾਣੀ ਵਿੱਚ ਸਤ ਸੰਗਤ ਦੀ ਬਹੁਤ ਵੱਡੀ ਮਹਾਨਤਾ ਹੈ ਪ੍ਰਸੰਨ ਰਹਿਣੇ ਖੁਸ਼ ਰਹਿਣੇ ਤੇ ਸਤਗੁਰੂ ਜੀ ਨੇ ਸਾਨੂੰ ਸਤ ਸੰਗਤ ਦਿੱਤੀ ਹੈ ਆਮ ਮਨੁੱਖ ਇਹਨੇ ਕਿ ਸੰਗਤ ਵਿੱਚ ਜਾ ਕੇ ਕੀ ਹੋ ਜਾਏਗਾ ਜਿਹੋ ਜੀ ਸੋਸਾਇਟੀ ਵਿੱਚ ਤੁਸੀਂ ਬੈਠੋਗੇ ਉਹ ਜੇ ਤੁਹਾਡੀ ਮਨ ਦੀ ਅਵਸਥਾ ਬਣ ਜਾਏਗੀ ਤੁਸੀਂ ਕੁ ਸੰਗਤ ਚ ਬੈਠੋਗੇ ਤੇ ਉਹਦਾ ਅਸਰ ਵੀ ਤੁਹਾਡੇ ਤੇ ਪਵੇਗਾ ਦੇਖੋ ਜਿਵੇਂ ਬਨਸਪਤੀ ਤੇ ਰੁੱਤਾਂ ਦਾ ਅਸਰ ਪੈਂਦਾ ਹੈ ਮਨੁੱਖ ਦੀ ਜ਼ਿੰਦਗੀ 'ਚ ਵੀ ਆਲੇ-ਦੁਆਲੇ ਦਾ ਅਸਰ ਪੈਂਦਾ ਹੈ ਮਨੁੱਖ ਕੀ ਹਰ ਚੀਜ਼ ਤੇ ਅਸਰ ਪੈਂਦਾ ਜਿਵੇਂ ਬਨਸਪਤੀ ਤੇ ਪੈਂਦਾ ਹੈ ਧਰਤੀ ਦੇ ਉੱਪਰ ਵੀ ਅਸਰ ਪੈਂਦਾ ਹੈ ਧਰਤੀ ਤੇ ਚੰਗੇ ਲੋਕ ਰਹਿਣ ਤੇ ਪਾਣੀ ਤੇ ਵਾਤਾਵਰਣ ਬੜਾ ਸੋਹਣਾ ਤੇ ਜੇ ਲੋਕਾਂ ਦੀ ਨੀਅਤ ਮਾੜੀ ਹੋਏ ਲਾਲਚੀ ਹੋਣ ਤ੍ਰਿਸ਼ਨਾਲੂ ਹੋਣ ਤੇ ਪਾਣੀ ਗੰਦਾ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ ਰੋਗ ਫੈਲਦੇ ਧਰਤੀ ਤਾਂ ਉਹੀ ਹੈ ਨਾ ਧਰਤੀ ਦੇ ਹਿੱਟਾਂ ਪਾਣੀ ਕੋਝੇ ਹੀ ਹੈ ਸਾਰੇ ਪਰ ਜਿੱਥੇ ਕੋਈ ਮਾੜੇ ਲੋਗ ਨੇ ਤ੍ਰਿਸ਼ਨਾਲੂ ਲਾਲਚੀ ਸਮਾਜ ਹੈ ਜਿਸ ਥਾਂ ਤੇ ਉੱਥੋਂ ਦਾ ਪਾਣੀ ਗੰਦਾ ਹੋ ਜਾਂਦਾ ਹੈ ਉੱਥੋਂ ਦੀ ਹਵਾ ਗੰਦੀ ਹੋ ਜਾਂਦੀ ਹੈ ਜੇ ਸਾਡੇ ਸ਼ਹਿਰ ਦਾ ਪਾਣੀ ਗੰਦਾ ਹੈ ਇਹਦਾ ਮਤਲਬ ਕਿ ਇੱਥੇ ਬਹੁਤ ਹੀ ਲਾਲਚੀ ਲੋਕ ਰਹਿ ਰਹੇ ਨੇ ਬੜੇ ਤ੍ਰਿਸ਼ਨਾਲੂ ਜਿਨ੍ਹਾਂ ਦੀ ਹਵਾਸ ਪੂਰੀ ਨਹੀਂ ਹੋ ਰਹੀ ਜਿਨ੍ਹਾਂ ਨੂੰ ਰਹਿਣਾ ਨਹੀਂ ਹੁੰਦਾ ਉਹ ਰਹਿ ਰਹੇ ਨੇ ਇਸ ਸ਼ਹਿਰ ਵਿੱਚ ਤਾਂ ਪਾਣੀ ਗੰਦਾ ਹੈ ਕੋਈ ਕੁਦਰਤ ਨੇ ਨਹੀਂ ਗੰਦਾ ਕੀਤਾ ਪਸ਼ੂਆਂ ਤੇ ਅਸਰ ਪੈਂਦਾ ਇਸ ਚੀਜ਼ ਦਾ ਪਸ਼ੂ ਜਿਹੜੇ ਨੇ ਜਿਹੜੀਆਂ ਮਜਾਂ ਗਾਵਾਂ ਆ ਸਾਡੇ ਘਰਾਂ 'ਚ ਰਹਿ ਰਹੀਆਂ ਨੇ ਇਹ ਜੰਗਲਾਂ ਸੰ ਕਦੀ ਜਿਉਂ-ਜਿਉਂ ਮਨੁੱਖ ਦੀ ਸੰਗਤ ਆਈਆਂ ਉਹਨਾਂ ਦਾ ਸੁਭਾਅ ਬਦਲਦਾ ਗਿਆ ਆ ਬਿੱਲੀਆਂ ਕੁੱਤੇ ਤੋਤੇ ਅਸੀਂ ਘਰਾਂ 'ਚ ਰੱਖੇ ਹੁੰਦੇ ਨੇ ਕਈਆਂ ਨੇ ਉਹ ਜਿਹੋ ਜੀ ਸੰਗਤ ਰਹਿੰਦੇ ਉਹੋ ਜਿਹਾ ਹੀ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ। ਮਨੁੱਖ ਵੀ ਜਿਹੋ ਜੀ ਸੰਗਤ ਵਿੱਚ ਰਹੇਗਾ ਉਹਦੇ ਤੇ ਅਸਰ ਪਵੇਗਾ। ਗੁਰਬਾਣੀ ਕੀ ਨੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਧਰਿਆ। ਜੋ ਸਤ ਸੰਗਤ ਨਾਲ ਜੁੜ ਗਿਆ ਉਹ ਦੁਨਿਆਵੀ ਚਿੰਤਾਵਾਂ ਤੋਂ ਦੁੱਖਾਂ ਤੋਂ ਤਰ ਗਿਆ ਪਾਰ ਨਿਕਲ ਗਿਆ। ਅੱਜ ਦੇ ਮੁਖਵਾਕ ਅੰਦਰ ਸਤਗੁਰੂ ਜੀ ਨੇ ਉਦਾਹਰਣ ਬਨਸਪਤੀ ਦਿੱਤੀ ਹੈ। ਬਨਸਪਤੀ ਜਿਵੇਂ ਬਸੰਤ ਆਉਣ ਦੇ ਨਾਲ ਮੌਲਦੀ ਹੈ ਮਨੁੱਖ ਗੁਰੂ ਦੇ ਕੋਲ ਆਏ ਤੇ ਉਹਦਾ ਮਨ ਮੌਲਦਾ ਹੈ ਮਨ ਪ੍ਰਫੁੱਲਤ ਹੁੰਦਾ ਹੈ ਗੁਰੂ ਦੇ ਕੋਲ ਆਏ ਭਾਵ ਗੁਰੂ ਕੀ ਸੰਗਤ ਵਿੱਚ ਆਏ ਤਨ ਕਰਕੇ ਸਤਗੁਰੂ ਜੀ ਦੇ ਹਜ਼ੂਰ ਆਉਨੇ ਆ ਸਾਡੇ ਵੱਡੇ ਪਾਗ ਨੇ ਪਰ ਜਦੋਂ ਮਨ ਵੀ ਗੁਰੂ ਦੇ ਚਰਣਾ ਨਾਲ ਜੁੜ ਜਾਏ ਗੁਰੂ ਕੇ ਸ਼ਬਦ ਨਾਲ ਜੁੜਦਾ ਹੈ ਸ਼ਬਦ ਦੇ ਨਾਲ ਜੁੜ ਕੇ ਮਨ ਮੌਲਦਾ ਹੈ ਜਿਉਂ-ਜਿਉਂ ਮਨ ਮੌਲੇਗਾ ਤਿਉਂ ਤੇ ਅੰਦਰ ਆਨੰਦ ਪੈਦਾ ਹੋਏਗਾ ਦੇਖੋ ਨਾ ਬਨਸਪਤੀ ਨੂੰ ਪਾਣੀ ਮਿਲੇ ਆ ਰੁੱਤ ਬਦਲੀ ਬਨਸਪਤੀ ਤੇ ਹਰੀਆਵਲ ਆਈ ਜਿਉਂ-ਜਿਉਂ ਹਰੀਆਵਲ ਆਈ ਬੂਟੇ ਵੱਡੇ ਹੋਏ ਉਹਨਾਂ ਨੂੰ ਫੁੱਲ ਲੱਗੇ ਫਲ ਲੱਗੇ ਮੌਲਣ ਤੋਂ ਬਾਅਦ ਫਲ ਫੁੱਲ ਲੱਗਦਾ ਹੀ ਐ ਨਾ ਜਿੰਦਗੀ ਦੇ ਅੰਦਰ ਜਦੋਂ ਮਨ ਨੂੰ ਸਤਸੰਗਤ ਮਿਲੇਗੀ ਮਨ ਮੌਲਿਕਾ ਮਨ ਪ੍ਰਫੁੱਲਤ ਹੋਏਗਾ ਮਨ ਖਿੜੇਗਾ ਤੇ ਖਿੜੇ ਹੋਏ ਮਨ ਨੂੰ ਹੀ ਫੁੱਲ ਲੱਗਣਗੇ ਖਿਲੇ ਹੋਏ ਮਨ ਨੂੰ ਹੀ ਫਲ ਲੱਗੇਗਾ ਜਿਹੜਾ ਸੁੱਕਿਆ ਪਿਆ ਮਨ ਹੈ ਉਹਨੂੰ ਕੀ ਫਲ ਲੱਗਣਾ ਉੱਥੇ ਤੇ ਚਿੰਤਾ ਉੱਥੇ ਦੁੱਖ ਇਹ ਕੁਝ ਤੇ ਆ ਸਕਦਾ ਹੈ ਵਿਰਾਨਗੀ ਤੇ ਆ ਸਕਦੀ ਹੈ ਜਿਹੜਾ ਹਿਰਦਾ ਮੌਲਿਆ ਨਹੀਂ ਹੈ ਸਤਗੁਰੂ ਜੀ ਕਹਿੰਦੇ ਜਿਤ ਘਰ ਹਰ ਕੰਤਨ ਪ੍ਰਗਟਿ ਪਠ ਨਗਰ ਸੇਹ ਗ੍ਰਾਮ ਉਹ ਹਿਰਦੇ ਤਿੰਨ ਦੋ ਪਠ ਵਾਂਗੂ ਤਪਦੇ ਨੇ ਤੇ ਜਿਹੜੇ ਹਿਰਦੇ ਪਠ ਵਾਂਗੂ ਤਪਦੇ ਨੇ ਫਿਰ ਉੱਥੇ ਬਾਹਰਲੇ ਜਿਹੜੇ ਸੁੱਖ ਨੇ ਉਹ ਕੀ ਸੁੱਖ ਦੇਣਗੇ ਬਾਹਰਲਾ ਸ਼ਿੰਗਾਰ ਕੀ ਅਰਥ ਰੱਖਦਾ ਜਿਸ ਹਿਰਦੇ ਚਾਗੀ ਬਲਦੀ ਹੈ ਬਾਰ ਲੀਆਂ ਦੁਨਿਆਵੀ ਵਸਤੂਆਂ ਨੂੰ ਖੁਸ਼ੀ ਨਹੀਂ ਦੇ ਸਕਦੀਆਂ ਖੁਸ਼ੀ ਤਾਂ ਮਨੁੱਖ ਦੇ ਅੰਦਰੋਂ ਪ੍ਰਗਟ ਹੋਣੀ ਹੈ ਪਰ ਸਾਡਾ ਮਨ ਸਤ ਸੰਗਤ ਨਾਲ ਕਿਵੇਂ ਜੁੜੇ ਜਾਂ ਸਾਡਾ ਮਨ ਮੌਲੇ ਕਿਵੇਂ ਇਹਦੇ ਲਈ ਗੁਰੂਦੇਵ ਜੀ ਨੇ ਕਿਹਾ ਕਿ ਗੁਰੂ ਦੇ ਬਾਣੀ ਵਿੱਚ ਚੱਲ ਕੇ ਜਦੋਂ ਅਸੀਂ ਰੱਬੀ ਰਜਾ ਵਿੱਚ ਚੱਲਦੇ ਆ ਨਾ ਰੱਬੀ ਰਜਾ ਵਿੱਚ ਚੱਲ ਕੇ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲ ਕੇ ਸਾਡਾ ਮਨ ਸਦਾ ਲਈ ਆਨੰਦ ਵਿੱਚ ਚੱਲਿਆ ਜਾਂਦਾ ਹੈ ਫਿਰ ਜਦੋਂ ਆਪਾਂ ਜਿੱਧਰ ਦੇਖਦੇ ਸਾਨੂੰ ਸਾਰੇ ਥਾਵਾਂ ਤੇ ਪ੍ਰਮਾਤਮਾ ਹੀ ਪ੍ਰਮਾਤਮਾ ਨਜ਼ਰ ਆਉਂਦਾ ਹੈ ਧੰਨ ਗੁਰੂ ਅਮਰਦਾਸ ਜੀ ਜੋ ਮਹਾਨ ਬਖਸ਼ਿਸ਼ ਇਸ ਮੁਖਵਾਕ ਰਾਈ ਕਰ ਰਹੇ ਨੇ ਸਾਨੂੰ ਗਿਆਨ ਦੇ ਰਹੇ ਨੇ ਆਓ ਆਪਾਂ ਮਿਲ ਕੇ ਸਤਗੁਰੂ ਜੀ ਦੇ ਨਾਮ ਅਮ੍ਰਿਤ ਵਚਨਾਂ ਦੀ ਵਿਚਾਰ ਸਾਂਝੀ ਕਰੀਏ ਗੁਰੂ ਕੇ ਪਿਆਰ ਵਿੱਚ ਜੁੜਦੇ ਆਂ ਮਨ ਬਿਰਤੀਆਂ ਨੂੰ ਜੋੜਨਦੇ ਰਹੀਏ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਬਸੰਤ ਮਹਿਲਾ ਤੀਜਾ ਬਨਸਪਤ ਮੌਲੀ ਚੜਿਆ ਬਸੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1176 ਤੇ ਗੁਰੂ ਕੀ ਇਹ ਪਾਵਨ ਬਚਨ ਸੁਭਾਏ ਮਾਨੇ ਗੁਰੂਦੇਵ ਰਹਾਉ ਵਾਲੀ ਪੰਕਤੀ ਚ ਕਹਿੰਦੇ ਤੂੰ ਸਾਚ ਧਿਆਵੋ ਮੁਗਧ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਮੁਗਧ ਕਹਿੰਦੇ ਨੇ ਮੂਰਖ ਨੂੰ ਉਹ ਮੂਰਖ ਮਨ ਜਿੰਦਗੀ ਚ ਜੇ ਤੂੰ ਸੁਖ ਚਾਹੁੰਦਾ ਨਾ ਤੇ ਪਰ ਸੱਚ ਦੇ ਨਾਲ ਜੁੜ ਜਾ ਸੱਚ ਦਾ ਸਿਮਰਨ ਕਰ ਹਰ ਮਨੁੱਖ ਸੁਖ ਚਾਹੁੰਦਾ ਹੈ ਤੇ ਸੁਖ ਦੀ ਖਾਤਰੀ ਯਤਨ ਕਰਦੇ ਆਪ ਧਰਤੀ ਤੇ ਜੋ ਕੁਝ ਹੋ ਰਿਹਾ ਹੈ ਭਾਵੇਂ ਕੋਈ ਦੁਨਿਆਵੀ ਪਦਾਰਥਾਂ ਲਈ ਦੌੜ ਭਜ ਕਰ ਰਿਹਾ ਹੈ ਮਨੋਰਥ ਉਹਦਾ ਹੀ ਹੈ ਕਿ ਚਾਰ ਪੈਸੇ ਹੋਣਗੇ ਸੁਖੀ ਹੋ ਜਾਵਾਂਗੇ ਕੋਈ ਰਾਜਨੀਤਿਕ ਰੁਤਬੀਆਂ ਲਈ ਦੌੜ ਭਜ ਕਰਦਾ ਉਹ ਵੀ ਕਹਿੰਦਾ ਕੋ ਵੱਡੇ ਰੁਤਬੇ ਤੇ ਬੈਠਾਂਗੇ ਚਾਰ ਦਿਨ ਸੁਖ ਮਾਣਾਂਗੇ ਸੋਭਾ ਬਣ ਜਾਏਗੀ ਕੋਈ ਵਿਦਿਆ ਪ੍ਰਾਪਤ ਕਰਨਾ ਚਾਹੁੰਦਾ ਹੈ ਕੋ ਤਪ ਕਰਦਾ ਹੈ ਕੋ ਜਪ ਕਰਦਾ ਹੈ ਜੋ ਕੁਝ ਵੀ ਕੋਈ ਮਨੁੱਖ ਕਰ ਰਿਹਾ ਹੈ ਕੋ ਧਰਮ ਵਾਲੇ ਬੰਨੇ ਲੱਗਿਆ ਹਰ ਮਨੁੱਖ ਦਾ ਇੱਕੋ ਇੱਕ ਮਕਸਦ ਹੈ ਕਿ ਜ਼ਿੰਦਗੀ ਅੰਦਰ ਸੁੱਖ ਮਿਲ ਜਾਏਗਾ ਪਦਾਰਥ ਵੀ ਮਿਲ ਜਾਂਦੇ ਨੇ ਰੁੱਤਵੇ ਵੀ ਮਿਲ ਜਾਂਦੇ ਨੇ ਹੋਰ ਸਭ ਕੁਝ ਮਿਲ ਜਾਂਦਾ ਪਰ ਸੁੱਖ ਮੋ ਸੁੱਖ ਨੂੰ ਫਿਰ ਵੀ ਨਹੀਂ ਮਿਲਦਾ ਦੇਖੋ ਜੇ ਸੁੱਖ ਮਿਲ ਜਾਏ ਤੇ ਮਨੁੱਖ ਦੀ ਤੇ ਲਾਲਸਾ ਖਤਮ ਹੋ ਜਾਏ ਪਟਕਣਾ ਹੀ ਖਤਮ ਹੋ ਜਾਏ ਪਰ ਜਿਉਂ-ਜਿਉ ਪਦਾਰਥ ਹੁੰਦੇ ਨੇ ਰਤਬੇ ਆਉਂਦੇ ਨੇ ਭੁੱਖ ਵੱਧਦੀ ਚਲੀ ਜਾਂਦੀ ਮਨੁੱਖ ਜਫਾ ਹੀ ਮਾਰ ਕੇ ਬੈਠ ਜਾਂਦਾ ਕਿ ਸ਼ਾਇਦ ਇਹਨੂੰ ਹੋਰ ਆਏਗਾ ਤੇ ਫਿਰ ਸੁੱਖ ਮਿਲੇਗਾ ਮਨੁੱਖ ਦੀ ਹਾਲਤ ਇਵੇਂ ਹੈ ਜਿਵੇਂ ਹਿਰਣ ਜਿਹੜਾ ਨਾ ਦੂਰ ਚਮਕਦੀ ਰੇਤ ਨੂੰ ਦੇਖਦਾ ਸੋਚਦਾ ਪਾਣੀ ਦਾ ਕੋਤਲਾਵ ਹੈ ਦਰਿਆ ਹੈ ਗਰਮੀਆਂ ਦੇ ਦਿਨਾਂ ਜਦੋਂ ਰੇਤ ਚਮਕਦੀ ਉਹਨੂੰ ਪਿਆਸ ਲੱਗਦੀ ਹੈ ਮਾਰੂਥਲ 'ਚ ਉਹ ਚਮਕਦੀ ਹੋਈ ਰੇਤ ਨੂੰ ਹੀ ਪਾਣੀ ਸਮਝ ਬੈਠਦਾ ਹੈ ਉਧਰ ਨੂੰ ਜਾਂਦਾ ਹੈ ਉਹ ਪਾਣੀ ਅੱਗੇ ਹੋਰ ਤੁਰਿਆ ਜਾਂਦਾ ਆਖਿਰ ਉਹ ਗਰਮੀ 'ਚ ਤੜਫਦਾ ਲੁਛਦਾ ਮਰ ਜਾਂਦਾ ਹੈ ਮਨੁੱਖ ਦੀ ਹਾਲਤ ਵੀ ਇਹ ਹੈ ਕਿ ਮਨੁੱਖ ਸੁੱਖ ਕਾ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੇ ਦਵਾਰ ਸਵਾਨ ਜਿਉਂ ਢੋਲਤ ਨੇ ਸੁਧ ਰਾਮ ਭਜਨ ਕੀ ਮਨੁੱਖ ਕੇਵਲ ਸੁੱਖਾਂ ਦੀ ਖਾਤਰ ਦੌੜ ਪਜ ਕਰਦਾ ਹੈ ਪਰ ਇਹਨੂੰ ਪਤਾ ਹੀ ਨਹੀਂ ਕਿ ਸੁੱਖ ਮਿਲਣਾ ਕਿਵੇਂ ਸਾਰਗੁਜੀ ਕਹਿੰਦੇ ਤੁਮ ਸਾਚ ਧਿਆਵੋ ਮੁਗਦ ਮਨ ਓ ਮੂਰਖ ਮਨ ਸੱਚ ਦਾ ਸਿਮਰਨ ਕਰ ਸੱਚ ਦੇ ਨਾਲ ਸਾਂਝ ਪਾ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੜੋ ਦਾ ਧਿਆਨ ਤਰ ਤਾ ਸੁਖ ਪਾ ਮੋਹ ਮੇਰੇ ਮਨਾ ਉਹ ਮੇਰੇ ਮਨ ਤਾਂ ਤੈਨੂੰ ਸੁਖ ਮਿਲੇਗਾ ਸੁਖ ਤਾਂ ਮਿਲੇਗਾ ਜਦੋਂ ਮਨ ਆਪਣੇ ਮੂਲ ਦੇ ਨਾਲ ਜੁੜੇਗਾ ਪਦਾਰਥ ਸਰੀਰ ਦੀ ਲੋੜ ਹੈ ਸਰੀਰ ਨੂੰ ਭੋਜਨ ਚਾਹੀਦਾ ਹੈ ਸਰੀਰ ਨੂੰ ਕਪੜਾ ਚਾਹੀਦਾ ਹੈ ਸਰੀਰ ਨੂੰ ਘਰ ਚਾਹੀਦਾ ਹੈ ਸਰੀਰ ਦੇ ਦੀ ਆਉਣ ਜਾਣ ਦੇ ਲਈ ਗੱਡੀਆਂ ਚਾਹੀਦੀਆਂ ਨੇ ਇਹ ਪਦਾਰਥ ਸਰੀਰ ਦੀ ਲੋੜ ਹੈ। ਔਰ ਸਰੀਰ ਦੀ ਕੋ ਬਹੁਤੀ ਵੱਡੀ ਭੁੱਖ ਨਹੀਂ ਹੈ। ਸਰੀਰ ਨੇ ਤੇ ਦੋ ਚਾਰ ਰੋਟੀਆਂ ਖਾਣੀਆਂ। ਸਰੀਰ ਨੂੰ ਤੇ ਕੱਪੜਾ ਚਾਹੀਦਾ ਕਿਹੋ ਜਿਹਾ ਵੀ ਮਿਲ ਜੇ ਉਹ ਮਹਿੰਗੇ ਸਸਤੇ ਨਾਲ ਸਰੀਰ ਨੂੰ ਕੋਈ ਵਾਸਤਾ ਨਹੀਂ। ਸਰੀਰ ਨੂੰ ਠੰਡ ਤੋਂ ਬਚਣ ਦੇ ਲਈ ਗਰਮੀ ਤੋਂ ਬਚਣ ਦੇ ਲਈ ਕੱਪੜਾ ਚਾਹੀਦਾ ਹੈ ਨਹੀਂ ਵੀ ਮਿਲੇਗਾ ਸਰੀਰ ਓਦਾਂ ਦਾ ਸੁਭਾਅ ਬਣਾ ਲੇਗਾ ਉਹ ਵੀ ਲੋਕ ਨੇ ਜਿਹੜੇ ਜੰਗਲਾਂ 'ਚ ਹੀ ਰਹਿੰਦੇ ਨੇ ਕੱਪੜੀਆਂ ਤੋਂ ਬਿਨਾਂ ਹੀ ਰਹਿੰਦੇ ਹੋ ਕਿਹੜੇ ਬ੍ਰਾਂਡਡ ਕੰਪਨੀਆਂ ਦੇ ਕੱਪੜੇ ਪਾਉਂਦੇ ਨੇ ਉਹ ਵੀ ਤਾਂ ਠੰਡ ਤੋਂ ਬਚੇ ਰਹਿੰਦੇ ਨੇ ਸਰੀਰ ਦੀ ਕੋ ਬਹੁਤ ਵੱਡੀ ਲੋੜ ਨਹੀਂ ਹੈ ਸਰੀਰ ਨੂੰ ਘਰ ਚਾਹੀਦਾ ਥੋੜਾ ਜਿਹਾ ਉਹ ਕੋ ਬਹੁਤੇ ਵੱਡੇ ਹੋਣਾ ਸਰੀਰ ਨੇ ਕੋ ਵੱਡੇ 'ਚ ਨਹੀਂ ਫਸਰਨਾ ਬਸ ਠੰਡ ਤੋਂ ਗਰਮੀ ਤੋਂ ਵਰਖਾ ਤੋਂ ਬਚਣ ਲਈ ਇਹਨੂੰ ਆਸਰਾ ਚਾਹੀਦਾ ਹੈ ਸਰੀਰ ਨੂੰ ਚਾਹੀਦਾ ਜ਼ਰੂਰ ਇਨੂੰ ਕੱਪੜਾ ਚਾਹੀਦਾ ਇਹਨੂੰ ਭੋਜਨ ਚਾਹੀਦਾ ਆ ਜਿਹੜਾ ਨਾ ਬਹੁਤ ਕੁਝ ਆ ਜਾਏ ਇਹ ਅੱਗੇ ਫਿਰ ਮਨ ਦੀ ਭੁੱਖ ਹੈ ਸਰੀਰ ਦੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਇਹ ਦੁਨਿਆਵੀ ਪਦਾਰਥ ਸਰੀਰ ਦੀਆਂ ਲੋੜਾਂ ਲਈ ਨੇ ਮਨੁੱਖ ਦੇ ਮਨ ਦੇ ਅੰਦਰ ਇੱਕ ਖਲਾਅ ਹੈ ਵੈਕਮ ਹੈ ਉਹ ਵੈਕਮ ਪੂਰੀਆਂ ਕਰਨ ਲਈ ਮਨੁੱਖ ਸੋਚਦਾ ਹੈ ਸਾਇਦ ਬਹੁਤ ਪੈਸਾ ਆਏਗਾ ਤੇ ਮਨ ਦਾ ਉਹ ਜਿਹੜਾ ਖਲਾਅ ਹੈ ਪੂਰਾ ਹੋ ਜਾਏਗਾ ਪੈਸੇ ਲਈ ਦੌੜ ਪਜ ਕਰਦਾ ਹੈ ਫਿਰ ਸੋਚਦਾ ਰਤਬਾ ਆਏਗਾ ਤੇ ਮਨ ਜਿਹੜਾ ਇਸ ਸੈਟਸਪਾਈ ਹੋ ਜਾਏਗਾ ਸੁਖੀ ਹੋ ਜਾਏਗਾ ਰੁਤਵੀਂ ਦੀ ਦੌੜ ਪਛ ਕਰਦਾ ਹੈ ਹੋਰ ਕਈ ਪਾਸੇ ਮਨ ਦੌੜਾ ਫਿਰਦਾ ਹੈ ਪਰ ਮਨ ਦਾ ਉਹ ਖਲਾਫ ਵੱਧਦਾ ਹੀ ਚੱਲਿਆ ਜਾਂਦਾ ਹੈ ਉਹ ਬੇਚੈਨੀ ਉਹ ਪਟਕਣਾ ਵੱਧਦੀ ਚਲੀ ਜਾਂਦੀ ਹੈ ਉਹਦਾ ਕਾਰਨ ਹੈ ਇਹ ਪਦਾਰਥ ਸਰੀਰ ਦੀ ਲੋੜ ਨੇ ਪਰ ਮਨੁੱਖ ਸੋਚਦਾ ਹੈ ਕਿ ਇਨ੍ਹਾਂ ਪਦਾਰਥਾਂ ਦੇ ਰਾਹੀਂ ਮਨੁੱਖ ਦਾ ਮਨ ਰੱਜ ਜਾਏਗਾ ਮਨ ਦੀ ਲੋੜ ਪਦਾਰਥ ਨਹੀਂ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਜਦੋਂ ਆਪਣੇ ਮੂਲ ਦੇ ਨਾਲ ਜੁੜੇਗਾ ਕੋਈ ਫੁੱਲ ਟਾਣੀ ਨਾਲ ਜੁੜਿਆ ਰਹੇ ਤਾਂ ਹਰਾ ਰਹਿੰਦਾ ਕੋਈ ਮਨ ਆਪਣੇ ਮੂਲ ਨਾਲ ਜੁੜਿਆ ਰਹੇ ਤਾਂ ਉਹ ਪਰਫੁੱਲਤ ਰਹਿੰਦਾ ਤਾਂ ਹਰਿਆਰਈ ਨੇ ਜਦੋਂ ਆਪਣੇ ਮੂਲ ਨਾਲੋਂ ਟੁੱਟਦਾ ਉਦੋਂ ਉਹ ਹਰਾ ਨਹੀਂ ਰਹਿ ਸਕਦਾ ਉਹ ਸੁਖੀ ਨਹੀਂ ਰਹਿ ਸਕਦਾ ਹਰੇ ਹੋਣ ਦਾ ਅਰਥ ਹੈ ਕਿ ਅੰਦਰ ਖੇੜਾ ਹੋਣਾ ਚਾਹ ਹੋਣਾ ਦੇਖੋ ਜ਼ਿੰਦਗੀ ਦੇ ਅੰਦਰ ਕੋਈ ਮਾੜੀ ਘਟਨਾ ਵਾਪਰ ਜੇ ਸਾਡਾ ਮਨ ਮਰਜ਼ਾ ਜਾਂਦਾ ਹੈ ਦੁਖੀ ਹੋ ਜਾਂਦੇ ਉਦਾਸ ਉਹ ਸਾਡੇ ਮਨ ਦਾ ਸਾਡੇ ਚਿਹਰੇ ਤੇ ਅਸਰ ਪੈਂਦਾ ਸਾਡੇ ਸਾਰੇ ਸਰੀਰ ਤੇ ਅਸਰ ਪੈਂਦਾ ਵਾਤਾਵਰਣ ਤੇ ਅਸਰ ਪੈਂਦਾ ਕੋਈ ਮਾੜੀ ਘਟਨਾ ਵਾਪਰ ਜੇ ਮਨ ਦੁਖੀ ਹੈ ਨਾ ਚਿਹਰੇ ਤੋਂ ਪਤਾ ਲੱਗ ਜਾਂਦਾ ਬੰਦਾ ਬੜਾ ਦੁਖੀ ਹੈ ਤਾਂ ਉਹਦੀਆਂ ਅੱਖਾਂ ਤੋਂ ਪਤਾ ਲੱਗ ਜਾਂਦਾ ਉਹਦੇ ਬੋਲਾਂ ਤੋਂ ਉੱਠਣ ਬੈਠਣ ਤੋਂ ਪਤਾ ਲੱਗਦਾ ਕਿ ਬੰਦਾ ਬੜਾ ਦੁਖੀ ਹੈ ਕੋਈ ਜ਼ਿੰਦਗੀ ਅੰਦਰ ਖੁਸ਼ੀ ਦੀ ਗੱਲ ਮਿਲੇ ਮਨ ਪ੍ਰਸੰਨ ਹੋ ਗਿਆ ਤੇ ਮਨੁੱਖ ਦੀਆਂ ਅੱਖਾਂ ਤੋਂ ਪਤਾ ਲੱਗਦਾ ਅੱਜ ਬੜਾ ਪ੍ਰਸੰਨ ਹੈ ਤਾਂ ਬੰਦਾ ਅਜਿਤੇ ਲੱਗਦਾ ਹੈ ਬਹੁਤ ਖਾਸ ਇਹਨੂੰ ਕੋਈ ਚੀਜ਼ ਮਿਲੀ ਹੈ ਇਸ ਕਰਕੇ ਮਨ ਜਿਹੜਾ ਹੈ ਉਹ ਖੁਸ਼ ਹੋਏਗਾ ਆਪਣੇ ਮੂਲ ਦੇ ਨਾਲ ਜੁੜ ਕੇ ਜਦੋਂ ਮੂਲ ਨਾਲ ਜੁੜੇਗਾ ਗੁਰਬਾਣੀ ਵਿੱਚ ਸਤਗੁਰੂ ਜੀ ਨੇ ਖਥਾਂ ਤੇ ਬਚਨ ਕਹੇ ਨੇ ਕਿ ਹਰ ਸਿਮਰਨ ਛਾੜ ਪਰਮਗਤ ਚਾਹੇ ਮੂਲ ਬਿਨਾ ਸਾਖਾ ਕਤਹਾ ਹੈ ਜੇ ਜੜਾ ਨਹੀਂ ਹੈ ਜੜਾ ਤੋਂ ਬਿਨਾ ਕੋਈ ਬੂਟਾ ਪਰਫੁੱਲਤ ਨਹੀਂ ਹੋ ਸਕਦਾ ਮਨੁੱਖ ਜੇ ਵਾਹਿਗੁਰੂ ਜੀ ਦੇ ਪਿਆਰ ਨਾਲ ਟੁੱਟ ਗਿਆ ਤੇ ਮਨੁੱਖ ਦਾ ਮਨ ਪਰਫੁਲਤ ਹੋ ਹੀ ਨਹੀਂ ਸਕਦਾ ਜਿੰਨਾ ਮਰਜੀ ਕੋਈ ਯਤਨ ਕਰ ਲੈ ਕੇ ਮਨ ਕਰਕੇ ਮੈਂ ਪ੍ਰਸੰਨ ਰਵੰਗ ਨਹੀਂ ਰਹਿ ਸਕਦਾ ਇਸ ਕਰਕੇ ਸਤਗੁਰੂ ਜੀ ਕਹਿੰਦੇ ਤੂੰ ਸਾਚ ਧਿਆਵੋ ਮੁਗਦ ਮਨ ਉਹ ਮੂਰਖ ਮਨ ਸੱਚ ਦਾ ਸਿਮਨ ਕਰ ਸਦਾ ਕਾਇਮ ਰਹਿਣ ਵਾਲੀ ਪ੍ਰਮਾਤਮਾ ਦਾ ਸਿਮਨ ਕਰ ਤਾਂ ਸੁਖ ਪਾਵੋ ਹਮੇਰੇ ਮਨਾ ਉਹ ਮੇਰੇ ਮਨ ਤਾਂ ਸੁਖ ਪਾਏਗਾ ਤੂੰ ਉਹਨਾਂ ਚਿਰ ਤੈਨੂੰ ਸੁਖ ਨਹੀਂ ਮਿਲਣਾ ਸਭ ਜੀ ਨੇ ਉਦਾਹਰਨ ਦਿੱਤੀ ਕਿ ਬਨਸਪਤ ਮੌਲੀ ਚੜਿਆ ਬਸੰਤ ਉਹ ਮਨਾਂ ਦੇਖ ਬਸੰਤ ਰੁੱਤ ਆਈ ਹੈ ਸਾਰੀ ਬਨਸਪਤੀ ਮੌਲ ਉੱਠੀ ਹੈ ਮੌਲੀ ਧਰਤੀ ਮੌਲਿਆ ਆਕਾਸ ਜਿੱਦਨ ਨਜ਼ਰ ਮਾਰੋ ਹਰ ਚੀਜ਼ ਜਿਹੜੀ ਐ ਸੋਹਣੀ ਨਜ਼ਰ ਆਉਂਦੀ ਐ ਬੂਟਿਆਂ ਦੇ ਵੱਲ ਦੇਖੋ ਤੁਸੀਂ ਸੋਹਣੀ ਨਜ਼ਰ ਆਉਂਦੇ ਨੇ ਪੰਛੀ ਚਾਹ ਚਾ ਰਹੇ ਨੇ ਇਸ ਰੁੱਤ ਦਾ ਮਨੁੱਖਾਂ ਤੇ ਵੀ ਅਸਰ ਪੈਂਦਾ ਕਿੰਨੀ ਸੋਹਣੀ ਰੁੱਤ ਲੱਗਦੀ ਐ ਅਭਗੋ ਜੀ ਕਿੰਨੇ ਜਿਸ ਵੇਲੇ ਬਸੰਤ ਚੜਦਾ ਹੈ ਬਸੰਤ ਚੜਿਆ ਫੂਲੀ ਬਨਰਾਈ ਬਨਰਾਈ ਦਾ ਅਰਥ ਵੀ ਬਨਸਪਤੀ ਹੈ ਬਸੰਤ ਚੜਦਾ ਹੈ ਤੇ ਬਨਸਪਤੀ ਫਲਦੀ ਹੈ ਫੁੱਲਦੀ ਹੈ ਮੌਲਦੀ ਹੈ ਇਹ ਮਨ ਮੌਲਿਆ ਸਤਗੁਰ ਸੰਗ ਪਰ ਸਾਡਾ ਮਨ ਤਾਂ ਮੋਲਣੇ ਜਦੋਂ ਇਹ ਗੁਰੂ ਕੀ ਸੰਗਤ ਵਿੱਚ ਆਏਗਾ ਜਦੋਂ ਇਹ ਗੁਰੂ ਦੇ ਪਿਆਰ ਵਿੱਚ ਜੁੜੇਗਾ ਗੁਰੂ ਕੇ ਬਚਨ ਨਾਲ ਜੁੜੇਗਾ ਬਚਨ ਹੀ ਹਨ ਜਿਹੜੇ ਤੁਹਾਨੂੰ ਜ਼ਿੰਦਗੀ ਅੰਦਰ ਦੁਖੀ ਕਰ ਦੇਣਗੇ ਮਚਨ ਕਈ ਵਾਰੀ ਬੰਦਾ ਕੁਝ ਨਹੀਂ ਸਾਨੂੰ ਕਹਿੰਦਾ ਸਾਡੇ ਕੋਲ ਖੁੰਦਾ ਕੁਝ ਨਹੀਂ ਮਾਰਦਾ ਕੁਝ ਨਹੀਂ ਉਹਨੇ ਕੋ ਗਾਲੀ ਇਹੋ ਜੀ ਕਹਿਤੀ ਅਸੀਂ ਇੰਨੇ ਦੁਖੀ ਹੋ ਜਾਨੇ ਆ ਅੰਦਰੋਂ ਐਨ ਸਰ ਬਲ ਕੇ ਕੋਲੇ ਹੋ ਜਾਨੇ ਕਿ ਇਸ ਬੰਦੇ ਨੇ ਇਹ ਕੀਆ ਮੈਨੂੰ ਉਹਨੇ ਮਾਰਿਆ ਨਹੀਂ ਕੁਝ ਵੀ ਖੋਇਆ ਵੀ ਕੁਝ ਨਹੀਂ ਪਰ ਉਹਦੇ ਕੁਝ ਬੋਲ ਨੇ ਉਹ ਜਿਹੜੇ ਸਾਨੂੰ ਅੰਦਰੋਂ ਐਨ ਸਾੜ ਕੇ ਰੱਖ ਦਿੰਦੇ ਨੇ ਤੇ ਇਹ ਬੋਲ ਹੀ ਨੇ ਕੋਈ ਸਾਡੀ ਉਸਤਤ ਕਰੇ ਤੇ ਅਸੀਂ ਬੜੇ ਪ੍ਰਸੰਨ ਹੋ ਜਾਂਦੇ ਆਂ ਕੋਈ ਸਾਡੀ ਨਿੰਦਾ ਕਰੇ ਸੀ ਬੜੇ ਦੁਖੀ ਹੋ ਜਾਂਦੇ ਆਂ ਤੇ ਇਹ ਬੋਲ ਜਦੋਂ ਅਸੀਂ ਗੁਰੂ ਕੀ ਸਰਵਣ ਕਰਾਂਗੇ ਸਤਗੁਰੂ ਜੀ ਕਹਿੰਦੇ ਮਨ ਨੂੰ ਗੁਰੂ ਕੀ ਹਜ਼ੂਰੀ ਚ ਲਿਆਓ ਜਿਵੇਂ ਬਨਸਪਤੀ ਬਸੰਤ ਆਉਣ ਤੇ ਐਨ ਪ੍ਰਫੁੱਲਿਤ ਹੋ ਗਈ ਹੈ ਜਦੋਂ ਤੁਹਾਡਾ ਮਨ ਗੁਰੂ ਕੀ ਬਚਨਾਂ ਨਾਲ ਜੁੜ ਜਾਏਗਾ ਗੁਰੂ ਕੀ ਸੰਗਤ ਵਿੱਚ ਆ ਜਾਏਗਾ ਮਨ ਸਾਨੂੰ ਨਜ਼ਰ ਨਹੀਂ ਆਉਂਦਾ ਕਿਹੋ ਜਿਹਾ ਤਨ ਸਾਨੂੰ ਨਜ਼ਰ ਆ ਰਿਹਾ ਹੈ ਤਨ ਕਰਕੇ ਅਸੀਂ ਗੁਰੂ ਕੀ ਸੰਗਤ ਵਿੱਚ ਆ ਗਏ ਆਂ ਸਤ ਸੰਗਤ ਵਿੱਚ ਬੈਠ ਗਏ ਆ ਮਨ ਨજર ਨਹੀਂ ਆ ਰਿਹਾ ਮਨ ਜਿਹੜਾ ਹੈ ਨਾ ਉਹਨੂੰ ਜੋੜਨ ਦਾ ਤਰੀਕਾ ਵੀ ਹੋਈ ਹੈ ਜਿਹੜਾ ਨજર ਨਾ ਆਏ ਉਹ ਹੈ ਗੁਰੂ ਦਾ ਗਿਆਨ ਉਹ ਹੈ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਤਨ ਕਰਕੇ ਗੁਰੂ ਕੀ ਸੰਗਤ ਵਿੱਚ ਜਦੋਂ ਮਨ ਗੁਰੂ ਕੀ ਸੰਗਤ ਵਿੱਚ ਆ ਜਾਏਗਾ ਸਹਿਬ ਜੀ ਕਹਿੰਦੇ ਜਿਸ ਵੇਲੇ ਮਨ ਸਤਗੁਰੂ ਜੀ ਦੀ ਸੰਗਤ ਵਿੱਚ ਆ ਗਿਆ ਭਾਵ ਗੁਰੂ ਕੇ ਸ਼ਬਦ ਨਾਲ ਜੁੜ ਗਿਆ ਗੁਰੂ ਕੇ ਪਿਆਰ ਵਿੱਚ ਜੁੜ ਗਿਆ ਤਦ ਮਨ ਵੀ ਮੌਲ ਉੱਠੇਗਾ ਮਨ ਵੀ ਐਨ ਪ੍ਰਸੰਨ ਹੋ ਜਾਏਗਾ ਭਾਬ ਜਦੋਂ ਮਨ ਗੁਰਬਾਣੀ ਨਾਲ ਜੁੜ ਗਿਆ ਗੁਰੂ ਕੀ ਸ਼ਬਦਾਂ ਨਾਲ ਜੁੜ ਗਿਆ ਮਨ ਪ੍ਰਸੰਨ ਹੋ ਜਾਏਗਾ ਇਸ ਕਰਕੇ ਸਾਧਗੁਜ ਕੇ ਨੇਓ ਮਨਾ ਤੂੰ ਗੁਰੂ ਦੀ ਹਜ਼ੂਰੀ ਚ ਆ ਕੇ ਸੱਚ ਦਾ ਸਿਮਨ ਕਰ ਤੈਨੂੰ ਸੁਖ ਮਿਲੇਗਾ ਆਨੰਦ ਮਿਲੇਗਾ ਰਹਾ ਆਓ ਇਤ ਮਨ ਮੌਲੇ ਐ ਪਿਆ ਆਨੰਦ ਦੇਖੋ ਬਨਸਪਤੀ ਮੌਲਦੀ ਹੈ ਉਨੂੰ ਫੁੱਲ ਲੱਗਦੇ ਨੇ ਉਹਨੂੰ ਫਲ ਲੱਗਦੇ ਨੇ ਮਨੁੱਖ ਦਾ ਮਨ ਮੌਲੇਗਾ ਤੇ ਇਹਨੂੰ ਵੀ ਫਲ ਲੱਗੇਗਾ ਅਸੀਂ ਬੂਟਾ ਬੀਜਦੇ ਆ ਉਹ ਬੂਟਾ ਵੱਡਾ ਹੁੰਦਾ ਉਹਨੂੰ ਫੁੱਲ ਫਲ ਲੱਗਦੇ ਨੇ ਬਿਲਕੁਲ ਇਸੇ ਤਰੀਕੇ ਦੇ ਨਾਲ ਸਰੀਰਕ ਤੌਰ ਤੇ ਅਸੀਂ ਤਗੜੇ ਹੁੰਨੇ ਆ ਸਰੀਰਕ ਤੌਰ ਤੇ ਅਸੀਂ ਕੁ ਭੋਜਨ ਖਾਣੇ ਤੰਦਰੁਸਤ ਰਹਿਨੇ ਆ ਤੇ ਸਰੀਰ ਨੂੰ ਵੀ ਫਲ ਲੱਗਦਾ ਹੈ ਨਾ ਸਰੀਰ ਦਾ ਫਲ ਕੀ ਦੇਖੋ ਦੁਨੀਆਵੀ ਤੌਰ ਤੇ ਬੱਚਾ ਛੋਟਾ ਜਿਹਾ ਹੁੰਦਾ ਹੈ ਬੱਚਾ ਵੱਡਾ ਹੁੰਦਾ ਹੈ ਤੰਦਰੁਸਤ ਹੁੰਦਾ ਹੈ ਗ੍ਰਿਸ਼ਤੀ ਹੋ ਜਾਂਦਾ ਹੈ ਉਹਦੇ ਖਾਚ ਵਾਏ ਗੁਰੂ ਬੱਚਿਆਂ ਦੀਆਂ ਦਾਤਾਂ ਦਿੰਦਾ ਹੈ ਇਹ ਸਰੀਰ ਨੂੰ ਫਲ ਲੱਗ ਗਿਆ ਸਰੀਰ ਕਰਕੇ ਅਸੀਂ ਮਿਹਨਤ ਕੀਤੀ ਮਿਹਨਤ ਦੇ ਨਾਲ ਆਪਾਂ ਦੇਖਦੇ ਪਦਾਰਥ ਹੁੰਦੇ ਨੇ ਇਹ ਸਰੀਰ ਨੂੰ ਫਲ ਲੱਗ ਗਿਆ ਮਿਹਨਤ ਕਰਦੇ ਹਾਂ ਕਾਰੋਬਾਰ ਚੱਲਦੇ ਨੇ ਰੋਟੀ ਪਾਣੀ ਅਸੀਂ ਖਾਣੇ ਇਹ ਸਰੀਰ ਨੂੰ ਫਲ ਲੱਗ ਰਿਹਾ ਜੋ ਕੁਝ ਸਰੀਰ ਨਾਲ ਕਰਾਂਗੇ ਸਰੀਰ ਨੂੰ ਵੀ ਫਲ ਲੱਗੇਗਾ ਅਰੇ ਕੋ ਜੋ ਕੋ ਜਿਸੀ ਮਨਨੜ ਕਰਾਂਗੇ ਮਨ ਨੂੰ ਹੀ ਫਲ ਲੱਗੇਗਾ ਮਨ ਨਾਲ ਬੁਰੀਆਂ ਹੀ ਗੱਲਾਂ ਕਰੀ ਜਾਵਾਂਗੇ ਮਨ ਨਾਲ ਲੋਕਾਂ ਦੀ ਬੁਰਾਈਆਂ ਕਰੀ ਜਾਵਾਂਗੇ ਲੋਕਾਂ ਦੀ ਨਿੰਦਾ ਕਰੀ ਜਾਵਾਂਗੇ ਮਨ ਨਾਲ ਚਿੰਤਾ ਕਰੀ ਜਾਵਾਂਗੇ ਤੇ ਮਨ ਨੂੰ ਫਲ ਜ਼ਰੂਰ ਲੱਗੇਗਾ ਚਿੰਤਾ ਕਰਾਂਗੇ ਮਨ ਨੂੰ ਫਲ ਜ਼ਰੂਰ ਲੱਗੇਗਾ ਚਿੰਤਾ ਤੋਂ ਬਾਅਦ ਸਹਜੇ ਸਹਜੇ ਹਰ ਵੇਲੇ ਚਿੰਤਾ ਕਰੀ ਜੋ ਕਰੀ ਡਿਪਰੈਸ਼ਨ ਵਿੱਚ ਚਲੇ ਜਾਓਗੇ ਤੁਸੀਂ ਸਹਜੇ ਸਹਜੇ ਤੁਹਾਡੇ ਤੇ ਇੰਦਾ ਵੱਡਾ ਅਸਰ ਪਏਗਾ ਕਿ ਤੁਸੀਂ ਨਿਕਲ ਹੀ ਨਹੀਂ ਸਕੋਗੇ ਉਸ ਘਮਣਖੇਰੀ ਚੋਂ ਕਿਉਂਕਿ ਤੁਸੀਂ ਚਿੰਤਾ ਕਰੋਗੇ ਫਲ ਲੱਗੇਗਾ। ਬੁਰੀਆਂ ਗੱਲਾਂ ਕਰੋਗੇ ਉਹਦਾ ਫਲ ਲੱਗੇਗਾ। ਤੇ ਜੇ ਤੁਸੀਂ ਸੱਚ ਨਾਲ ਮਨ ਨੂੰ ਜੋੜੋਗੇ ਜਿਹੜਾ ਕਿਹਾ ਨਾ ਕਿ ਰੋਜ਼ ਉੱਠਦੇ ਸੰਸਾਰ ਪ੍ਰਮਾਤਮਾ ਨੂੰ ਚੇਤੇ ਕਰਿਆ ਕਰੋ। ਖੁਜ ਲੋਕ ਕਹਿੰਦੇ ਕਿ ਤੇ ਵੇਲੜਾਂ ਦਾ ਕੰਮ ਹੈ। ਸਰੀਰਕ ਤੌਰ ਤੇ ਜਿਉਂਦੇ ਰਹਿਣ ਦੇ ਲਈ ਰੋਜ਼ ਖੁਰਾਕ ਦੀ ਲੋੜ ਹੈ, ਜ਼ਰੂਰੀ ਹੈ। ਸਰੀਰਕ ਤੌਰ ਤੇ ਤੰਦਰੁਸਤ ਰਹਿਣ ਲਈ ਰੋਜ਼ ਐਕਸਰਸਾਈਜ਼ ਦੀ ਵੀ ਲੋੜ ਹੈ। ਕਿਸੇ ਦਿਸ ਸੰਭਾਲ ਕਰੀਏ ਆਪ ਜੇ ਮਨ ਕਰਕੇ ਤੁਸੀਂ ਤੰਦਰੁਸਤ ਰਹਿਣਾ ਹੈ ਤੰਦਰੁਸਤ ਮਨ ਦੀ ਪਹਿਚਾਨ ਕੀ ਹੈ ਕਿ ਉਹਨੂੰ ਚਿੰਤਾ ਹੀ ਕੋਈ ਨਹੀਂ ਹੁੰਦੀ ਤੰਦਰੁਸਤ ਮਨ ਦੀ ਪਹਿਚਾਨ ਕੀ ਹੈ ਕਿ ਉਹ ਕਿਸੇ ਦਾ ਬੁਰਾ ਹੀ ਨਹੀਂ ਸੋਚਦਾ ਉਹ ਸਦਾ ਚਾਹਤ ਰਹਿਂਦਾ ਹੈ ਸਦਾ ਆਨੰਦ ਵਿੱਚ ਰਹਿੰਦਾ ਹੈ ਜਿਹੜਾ ਲੋਕਾਂ ਦਾ ਬੁਰਾ ਸੋਚੇ ਉਹ ਕਦੀ ਆਨੰਦ ਚ ਰਹਿ ਹੀ ਨਹੀਂ ਸਕਦਾ ਜਿਹੜਾ ਲਾਲਚੀ ਹੋਏ ਉਹ ਕਦੀ ਆਨੰਦ ਚ ਨਹੀਂ ਰਹਿ ਸਕਦਾ ਜਿਹੜਾ ਈਰਖਾਲੂ ਹੋਏ ਉਹ ਕਦੀ ਆਨੰਦ ਚ ਨਹੀਂ ਰਹਿ ਸਕਦਾ ਇਸ ਕਰਕੇ ਜੇ ਆਪਾਂ ਮਨ ਕਰਕੇ ਸੱਚ ਨਾਲ ਜੁੜਾਂਗੇ ਸਿਆਣੇ ਅਨੇਕ ਗੱਲ ਕਹੀ ਹੈ ਮਨ ਸਮਾਲ ਪਾਜ ਤਵ ਥਾਟ ਇਨ ਦਾ ਮਾਰਨਿੰਗ ਕੈਨ ਚੇਂਜ ਯੋਰ ਹੋਲ ਡੇ ਸਿਰ ਉਠਦੇ ਅਸਾਰ ਇੱਕ ਵਧੀਆ ਖਿਆਲ ਆ ਜਾਏ ਤੁਹਾਡੇ ਮਨ ਚ ਤੁਹਾਡਾ ਸਾਰਾ ਦਿਨ ਹੀ ਜਿਹੜਾ ਹੈ ਨਾ ਬਦਲ ਜਾਏਗਾ ਉਹ ਵਧੀਆ ਖਿਆਲ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਤੇ ਕੋਈ ਨਹੀਂ ਨਾ ਹੋ ਸਕਦਾ ਉਠਦੇ ਅਸਾਰ ਇੱਕ ਵਾਰੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਦਈਏ ਜਾਗ ਦੇ ਅੱਖਾਂ ਖੁੱਲ੍ਹ ਦੇ ਭਾਈ ਗੁਰੂ ਜੀ ਨੂੰ ਚੇਤੇ ਕਰ ਲੀਏ ਪ੍ਰਭੂ ਨੂੰ ਚੇਤੇ ਕਰ ਲੀਏ ਸਾਰਾ ਦਿਨ ਹੀ ਤੁਹਾਡਾ ਆਨੰਦ ਚ ਬਤੀਤ ਹੋਏਗਾ ਇਸ ਕਰਕੇ 사ਦਗੋ ਜੀ ਕੇ ਨੇਓ ਮਨਾ ਸੱਚ ਦਾ ਸਿਮਰਨ ਕਰ ਬਨਸਪਤੀ ਤੇ ਬਸੰਤਾਈ ਤੇ ਬਨਸਪਤੀ ਮੌਲੀ ਹੈ ਜਦੋਂ ਤੂੰ ਸੱਚ ਦੇ ਨਾਲ ਜੁੜੇਗਾ ਤੈਨੂੰ ਸੁੱਖ ਮਿਲੇਗਾ ਦੇਖ ਬਨਸਪਤੀ ਬਸੰਤ ਆਉਣ ਨਾਲ ਮੌਲੀ ਹੈ ਤੂੰ ਗੁਰੂ ਕੀ ਸੰਗਤ ਵਿੱਚ ਆਏਗਾ ਇਤਮਤ ਮੌਲੀ ਹੈ ਇਤਮਨ ਮੌਲੀ ਹੈ ਭਿਆ ਆਨੰਦ ਜਦੋਂ ਤੂੰ ਗੁਰੂ ਕੀ ਸੰਗਤ ਵਿੱਚ ਆਏਂਗਾ ਵਾਹਿਗੁਰੂ ਜੀ ਦੇ ਪ੍ਰਭੂ ਦੇ ਪਿਆਰ ਵਿੱਚ ਜੁੜੇਂਗਾ ਤੇਰਾ ਮਨ ਮੌਲੇ ਦਾ ਮਨ ਮੌਲਣ ਤੋਂ ਬਾਅਦ ਤੈਨੂੰ ਫਿਰ ਉਹਦਾ ਫਲ ਪਤਾ ਕੀ ਮਿਲੇਗਾ ਤੇਰੇ ਅੰਦਰ ਆਨੰਦ ਪੈਦਾ ਹੋ ਜਾਏਗਾ ਆਨੰਦ ਆਨੰਦ ਉਸ ਅਵਸਥਾ ਨੂੰ ਕਿਹਾ ਜਾਂਦਾ ਹੈ ਦੇਖੋ ਕਈ ਵਾਰੀ ਕੋਈ ਸਾਡੀ ਜ਼ਿੰਦਗੀ ਚ ਵਧੀਆ ਕੰਮ ਹੁੰਦਾ ਹੈ ਅਸੀਂ ਅੰਦਰੋਂ ਬੜੇ ਪ੍ਰਸੰਨ ਹੁੰਨੇ ਹਾਂ ਕੁਝ ਵਧੀਆ ਕਰ ਦਈਏ ਵਧੀਆ ਸੁਣ ਲਈਏ ਵਧੀਆ ਖਾਣ ਨੂੰ ਮਿਲ ਜਾਏ ਵਧੀਆ ਕੋ ਪਦਾਰਥ ਮਿਲ ਜਾਏ ਕੋਈ ਵਧੀਆ ਵਿਅਕਤੀ ਨਾਲ ਮੇਲ ਹੋ ਜਾਏ ਸਾਡੇ ਅੰਦਰ ਇੱਕ ਬੜੀ ਖੁਸ਼ੀ ਸਾਡੇ ਅੰਦਰ ਇੱਕ ਚਾਹ ਦੀ ਲਹਿਰ ਜੀ ਪੈਦਾ ਹੁੰਦੀ ਹੈ ਤੇ ਇਹ ਲਹਿਰ ਹਮੇਸ਼ਾ ਹੀ ਬਣੀ ਰਹੇ ਇੱਕ ਤੱਕ ਹੁਣ ਅਸੀਂ ਖੁਸ਼ ਹੋਣ ਘੜੀ ਕੋ ਨੂੰ ਖੁਸ਼ ਨਹੀਂ ਹੋਣਾ ਦੁਖੀ ਹੋ ਜਾਾਂਗੇ ਪਰੇਸ਼ਾਨ ਹੋ ਜਾਾਂਗੇ ਉਹ ਜਿਹੜੀ ਚਾਹ ਦੀ ਲਹਿਰ ਹੈ ਖੁਸ਼ੀ ਦੀ ਲਹਿਰ ਹੈ ਉਹ ਹਮੇਸ਼ਾ ਹੀ ਬਣੀ ਰਹੇ ਇਹਨੂੰ ਕਿਹਾ ਜਾਂਦਾ ਹੈ ਆਨੰਦ ਕੰਟੀਨਿਊ ਬਣੀ ਰਹੇ ਤੇ ਉਹ ਕੰਟੀਨਿਊ ਤਾਂ ਬਣੇਗੀ ਜਦੋਂ ਅੰਦਰੋਂ ਸਾਡਾ ਮਨ ਜਿਹੜਾ ਕੰਟੀਨਿਊ ਪ੍ਰਮਾਤਮਾ ਦੇ ਪਿਆਰ ਜੁੜੇਗਾ ਰੋਜ਼ ਪ੍ਰਮਾਤਮਾ ਨੂੰ ਚੇਤੇ ਕਰਨ ਦਾ ਅਰਥ ਇਹ ਹੈ ਕਿ ਸਾਡਾ ਮਨ ਹਰ ਵੇਲੇ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਿਆ ਰਹੇ ਸਰਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੁਸੀਂ ਗੁਰੂ ਕੀ ਸੰਗਤ ਵਿੱਚ ਆਓਗੇ ਗੁਰੂ ਕੇ ਉਪਦੇਸ਼ ਰਹੀਂ ਸੱਚ ਦਾ ਸਿਮਰਨ ਕਰੋਗੇ ਤੁਹਾਡਾ ਮਨ ਮੋਹਲੇਗਾ ਤੁਹਾਡਾ ਮਨ ਖੁਸ਼ ਹੋਏਗਾ ਪ੍ਰਸੰਨ ਹੋਏਗਾ ਫਿਰ ਇਹਦੇ ਵਿੱਚੋਂ ਤੁਹਾਨੂੰ ਫਲ ਮਿਲੇਗਾ ਆਨੰਦ ਦਾ ਜਿਹਨੂੰ ਕਹਿੰਦੇ ਆਤਮਿਕ ਅਸੁਖ ਆਤਮਿਕ ਆਨੰਦ ਮਿਲੇਗਾ ਸਦਾ ਤੁਸੀਂ ਫਿਰ ਚਾਹ ਚ ਹੀ ਰਹੋਗੇ ਬਨਸਪਤੀ ਤੇ ਖੇੜਾ ਆਇਆ ਉਹ ਚਲਿਆ ਜਾਏਗਾ ਫੁੱਲ ਖਿੜੇ ਨੇ ਉਹ ਮਰਦਾ ਜਾਣਗੇ ਦੇਖੋ ਸਰੀਰ ਤੇ ਵੀ ਜਵਾਨੀ ਹੁੰਦੀ ਹੈ ਤੇ ਸਮਾ ਪਾ ਕੇ ਸਰੀਰ ਦੀ ਜਵਾਨੀ ਵੀ ਟਲ ਜਾਂਦੀ ਹੈ ਉਹ ਵੀ ਵਿੜੇ ਪਾ ਜਾਂਦੇ ਫੁੱਲ ਖਿੜਦੇ ਨੇ ਸਮੇਂ ਦੇ ਨਾਲ ਉਹ ਵੀ ਮਰਦਾ ਜਾਂਦੇ ਨੇ ਪਰ ਜਦੋਂ ਕਿਤੇ ਆਤਮਾ ਖਿੜ ਜਾਏ ਫਿਰ ਉਹ ਸਦਾ ਹੀ ਖਿੜੀ ਰਹਿੰਦੀ ਹੈ ਉਹ ਸਦਾ ਆਨੰਦ ਬਣਿਆ ਰਹਿੰਦਾ ਇਸ ਕਰਕੇ ਸਤਗੁਰੂ ਸਾਹਿਬ ਜੀ ਕਹਿੰਨੇ ਮਨਾ ਰੋਜ਼ ਸੱਚ ਦਾ ਸਿਮਰਨ ਕਰ ਗੁਰੂ ਦੇ ਰਾਈ ਤੇਰਾ ਮਨ ਮੌਲੇ ਦਾ ਜਦੋਂ ਮਨ ਮੌਲੇ ਦਾ ਤੇਰੇ ਅੰਦਰ ਆਨੰਦ ਪੈਦਾ ਹੋਏਗਾ ਫਿਰ ਕੀ ਹੋਏਗਾ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਜਿਵੇਂ ਬੂਟੇ ਮੌਲਣ ਤੇ ਮੌਲੇ ਹੋਏ ਬੂਟਿਆਂ ਨੂੰ ਫਲ ਲੱਗਦੇ ਨੇ ਮਨ ਮੌਲੇ ਤੇ ਮਨ ਨੂੰ ਵੀ ਫਲ ਲੱਗਦਾ ਹੈ ਮੌਲਿਆ ਹੋਇਆ ਮਨ ਆਨੰਦ ਵੱਲ ਤੁਰਿਆ ਚੱਲਿਆ ਜਾਂਦਾ ਹੈ ਔਰ ਜਿਉਂ-ਜਿਉਂ ਮਨੁੱਖ ਦਾ ਮਨ ਆਨੰਦ ਵਿੱਚ ਜੁੜਦਾ ਹੈ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਅੰਮ੍ਰਿਤ ਦਾ ਅਰਥ ਹੁੰਦਾ ਹੈ ਉਹ ਵਸਤੂ ਜਿਹੜੀ ਮੌਤ ਤੋਂ ਰਹਿਤ ਅਵਸਥਾ ਪ੍ਰਦਾਨ ਕਰਨ ਵਾਲੀ ਹੈ ਜਿੱਥੇ ਮੌਤ ਦਾ ਡਰ ਹੀ ਕੋਈ ਨਹੀਂ ਅੰਮ੍ਰਿਤ ਮ੍ਰਿਤ ਮਿਰਤ ਮੈਨਾ ਮੌਤ ਅੰਮ੍ਰਿਤ ਮੈਨਾ ਮੌਤ ਤੋ ਰਹਤ ਇਹ ਮਨ ਜੇ ਤੂੰ ਗੁਰੂ ਰਾਈ ਪ੍ਰਮਾਤਮਾ ਦੇ ਪਿਆਰ ਉ ਜੁੜੇਗਾ ਭਾਈ ਤੇਰਾ ਮਨ ਮੌਲੇ ਦਾ ਫਿਰ ਤੈਨੂੰ ਅੰਮ੍ਰਿਤ ਫਲ ਮਿਲੇਗਾ ਮੌਤ ਤੋਂ ਰਹਤ ਅਵਸਥਾ ਪ੍ਰਦਾਨ ਕਰਨ ਵਾਲਾ ਫਲ ਮਿਲੇਗਾ ਉਹ ਕੀ ਇਹ ਨਾਮ ਗੋਬਿੰਦ ਗੋਬਿੰਦ ਦਾ ਨਾਮ ਤੈਨੂੰ ਮਿਲ ਜਾਏਗਾ ਤੇਰੇ ਅੰਦਰੋਂ ਹੀ ਮਿਲ ਜਾਏਗਾ ਬਾਹਰੋਂ ਕੀ ਤੈਨੂੰ ਮਿਲਣਾ ਬਾਹਰੋਂ ਉਪਦੇਸ਼ ਮਿਲ ਸਕਦਾ ਹੈ ਪ੍ਰੇਰਣਾ ਮਿਲ ਸਕਦੀ ਹੈ ਗੁਰੂ ਸਾਨੂੰ ਉਪਦੇਸ਼ ਦਿੰਦੇ ਪ੍ਰੇਰਣਾ ਦਿੰਦੇ ਨੇ ਕਿ ਭਾਈ ਜ਼ਿੰਦਗੀ ਇਸ ਤਰ੍ਹਾਂ ਜਿਓ ਤੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਫਿਰ ਜਦੋਂ ਮਨ ਮੌਲਦਾ ਫਿਰ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਹਿਰਦੇ ਵਿੱਚੋਂ ਹੀ ਗੋਬਿੰਦ ਪ੍ਰਗਟ ਹੋ ਜਾਂਦਾ ਹੈ ਹਿਰਦੇ ਵਿੱਚ ਹੀ ਪ੍ਰਮਾਤਮਾ ਦਾ ਨਾਮ ਵਸਿਆ ਉਹ ਮਿਲ ਜਾਂਦਾ ਹੈ ਏਕੋ ਏਕ ਸਭ ਆਖ ਵਖਾਣੈ ਧੰ ਗੁਰੂ ਅਮਰਦਾਸ ਜੀ ਮਹਾਰਾਜ ਕਿਦੋਂ ਮੈਂ ਤੇ ساری ਦੁਨੀਆ ਕਹਿੰਦੀ ਕਿ ਰੱਬ ਇੱਕ ਹੈ ਦੇਖੋ ਕਿਸੇ ਨੂੰ ਪੁੱਛ ਲਓ ਕਿ ਗਾਜੀ ਰੱਬ ਤਾਂ ਇੱਕ ਹੀ ਹੈ ਮੁਸਲਮਾਨ ਵੀ ਕਹਿੰਦੇ ਰੱਬ ਇੱਕੋ ਹੀ ਹੈ ਅਸੀਂ ਵੀ ਕਹਿੰਨੇ ਪਰਮਾਤਮਾ ਇੱਕੋ ਹੀ ਹੈ ਹਰ ਕੋ ਕਹਿੰਦਾ ਰੱਬ ਹੈਗਾ ਹੈ ਰੱਬ ਦੀ ਚਰਚਾ ਹਰ ਕੋ ਕਰਦਾ ਹੈ ਕਹਿੰਦਾ ਹਰ ਕੋ ਹੀ ਹੈ ਪਰ ਉਹ ਇੱਕ ਦੇ ਉੱਪਰ ਭਰੋਸਾ ਤੇ ਕਿਸੇ ਦਾ ਨਹੀਂ ਨਾ ਕੋ ਭਾਗਾ ਵਾਰਿਆਂ ਦਾ ਹੈ ਉਹ ਇੱਕ ਨੂੰ ਜਾਣਿਆ ਤੇ ਕਿਸੇ ਵਿਰਲੇ ਨੇ ਹੈ ਨਾ ਹਰ ਕਿਸੇ ਨੇ ਤਾਂ ਨਹੀਂ ਜਾਣਿਆ ਜਿੰਨੀ ਦੁਨੀਆ ਰੱਬ ਦੀ ਗੱਲ ਕਰਦੀ ਜਿੰਨੀ ਦੁਨੀਆ ਰੱਬ ਦੇ ਨਾਂ ਤੇ ਇਕੱਠੀ ਹੁੰਦੀ ਹੈ ਧਰਮ ਸਥਾਨਾਂ ਤੇ ਜਾਂ ਤੁਸੀਂ ਦੇਖ ਲਓ ਕਿੱਡੀਆਂ ਵੱਡੀਆਂ ਵੱਡੀਆਂ ਢੀੜਾਂ ਹੁੰਦੀਆਂ ਨੇ ਉਹ ਸਾਰੇ ਕੋਈ ਰੱਬ ਨੂੰ ਜਾਣਦੇ ਥੋੜੋ ਨਹੀਂ ਜਾਂ ਰੱਬਾਰੇ ਉਹਨਾਂ ਨੂੰ ਕੋਈ ਸੋਝੀ ਥੋੜੋ ਇਹ ਕੋਨਾ ਧਰਮ ਸਥਾਨ ਤੇ ਤੁਸੀਂ ਦੇਖੋਗੇ ਉਹ ਲੋਕ ਜਿਹੜੇ ਜੁੱਤੀਆਂ ਚੋਰੀ ਕਰਕੇ ਲੈ ਜਾਂਦੇ ਹੋ ਇਹਦੇ ਧਰਮ ਸਥਾਨ ਤੇ ਆਏ ਨਹੀਂ ਧਰਮ ਸਥਾਨਾਂ ਤੇ ਆ ਕੇ ਵੀ ਆਪਾਂ ਕੇਵਲ ਦੁਨੀਆ ਤੱਕ ਸੀਮਿਤ ਰਹਿੰਦੇ ਆ ਧਰਮ ਸਥਾਨਾਂ ਤੇ ਵੀ ਸਾਡੀ ਵੈਰ ਵਿਰੋਧ ਈਰਖਾ ਝਗੜੇ ਚੱਲਦੇ ਰਹਿੰਦੇ ਨੇ ਇਹਦਾ ਮਤਲਬ ਕਿ ਸਾਨੂੰ ਰੱਬ ਦਾ ਗਿਆਨ ਹੀ ਨਹੀਂ ਹੈ ਸਰਗੁਜ ਕਹਿੰਦੇ ਇੱਕੋ ਇੱਕ ਸਭ ਆਖ ਵਖਾਣੇ ਹਰ ਕੋਈ ਬੰਦਾ ਇੱਕ ਰੱਬ ਦੀ ਗੱਲ ਕਰਦਾ ਕਿ ਰੱਬ ਹੈ ਪਰ ਹਰ ਕੋਈ ਇੱਕ ਰੱਬ ਨੂੰ ਜਾਣਦਾ ਨਹੀਂ ਹੈ ਹਰ ਕਿਸ ਨੂੰ ਰੱਬ ਦਾ ਗਿਆਨ ਹੈ ਨਹੀਂ ਹੈ ਰੱਬ ਕਿਹ ਹੈ ਉਹਦੇ ਨਾਲ ਕਿਵੇਂ ਜੁੜਿਆ ਜਾ ਸਕਦਾ ਸਤਗੁਰੂ ਜੀ ਕਿੰਨੇ ਹੁਕਮ ਬੂਝੇ ਤਾਂ ਏਕੋ ਜਾਣੇ ਜੇ ਕਿਤੇ ਬੰਦਾ ਰੱਬ ਦੇ ਹੁਕਮ ਨੂੰ ਸਮਝ ਲੇ ਰੱਬ ਨੂੰ ਜਾਣਨ ਦੇ ਲਈ ਪਹਿਲਾਂ ਰੱਬ ਦੇ ਹੁਕਮ ਨੂੰ ਜਾਨਣਾ ਪਏਗਾ ਰੱਬ ਦੀ ਰਜ਼ਾ ਨੂੰ ਸਮਝਣਾ ਪਏਗਾ ਉਹਨਾਂ ਰੱਬ ਦੀ ਰਜਾਦਾ ਹੀ ਨਹੀਂ ਪਤਾ ਸਾਨੂੰ ਰੱਬ ਦੇ ਹੁਕਮ ਦਾ ਨਹੀਂ ਪਤਾ ਤੇ ਅਸੀਂ ਰੱਬ ਨੂੰ ਕਿਵੇਂ ਜਾਣ ਲਵਾਂਗੇ ਬੰਦਾ ਸੋਚਦਾ ਮੱਥਾ ਟੇਕ ਕੇ ਰੱਬ ਮਿਲ ਜੇ ਕਿਤੇ ਨਾਤੀਆਂ ਧੁੱਤੀਆਂ ਰੱਬ ਮਿਲ ਜੇ ਚਲੋ 4 ਦਿਨ ਸੇਵਾ ਕੀਤੀ ਰੱਬ ਮਿਲ ਜੇ ਇਹ ਤਾਂ ਚਲੋ ਵਧੀਆ ਕਦਮ ਹੈ ਵਧੀਆ ਉਦਮ ਹੈ ਪਰ ਇਦਾਂ ਰੱਬ ਮਿਲ ਗਿਆ ਫਿਰ ਤੇ ਕੰਬੜਾ ਸੌਖਾ ਹੈ ਸਤਗੁਰੂ ਜੀ ਕਿਨੇ ਹਰ ਕੋਈ ਇੱਕ ਰੱਬ ਦੀ ਗੱਲ ਕਰਦਾ ਹੈ ਪਰ ਹਰ ਕੋਈ ਇੱਕ ਰੱਬ ਨੂੰ ਜਾਣਦਾ ਨਹੀਂ ਹੈ ਹਰ ਕੋਈ ਇੱਕ ਰੱਬ ਬਾਰੇ ਸਮਝਦਾ ਨਹੀਂ ਹੈ ਹੋਕਮ ਬੂਝੇ ਤਾਂ ਇੱਕੋ ਜਾਣੇ ਉਸ ਇੱਕ ਪਰਮਾਤਮਾ ਨੂੰ ਤੇ ਤਾਂ ਜਾਣ ਸਕਦਾ ਜੇ ਇਹਨੂੰ ਹੁਕਮ ਦੀ ਸਮਝ ਹੋਏ ਪਰਮਾਤਮਾ ਦੇ ਹੁਕਮ ਦਾ ਪਤਾ ਹੋਵੇ ਦੇਖੋ ਅਸੀਂ ਸਾਰੇ ਕਿੰਨੇ ਕਿ ਰੱਬ ਦੇ ਘਰ ਚ ਆਏ ਆਂ ਰੱਬ ਦੇ ਘਰ ਚ ਆ ਕੇ ਵੀ ਸਾਨੂੰ ਰੱਬ ਤੇ ਯਕੀਨ ਨਹੀਂ ਹੁੰਦਾ ਦੇਖੋ ਨਾ ਰੱਬ ਦੇ ਘਰ ਜੇ ਆਏ ਆਂ ਤੇ ਰੱਬ ਦੇ ਘਰ ਵਿੱਚ ਆਏ ਆਂ ਤੇ ਕੋਈ ਦੁੱਖ ਕੋ ਭੁੱਖ ਕੋ ਪਰੇਸ਼ਾਨੀ ਹੋਣੀ ਨਹੀਂ ਚਾਹੀਦੀ ਕੋਈ ਲਾਲਸਾ ਨਹੀਂ ਹੋਣੀ ਚਾਹੀਦੀ ਜਿਹਦੇ ਕੋਲ ਰੱਬ ਹੈ ਉਦੇ ਕੋਲ ਤੇ ਸਭ ਕੁਝ ਆ ਜਾਂਦਾ ਇੱਕ ਦੁਨਿਆਵੀ ਕਿਸੇ ਹਾਕਮ ਦੇ ਨਾਲ ਸਾਂਝ ਬਣ ਜਾਂਦੇ ਤੇ ਬੰਦਾ ਬੇਫਿਕਰ ਜਿਹਾ ਹੋ ਜਾਂਦਾ ਕਿ ਚਲੋ ਹੁਣ ਸਾਡੇ ਕਾਰਜ ਹੋ ਹੀ ਜਾਣੇ ਨੇ ਬਾਹਰੀ ਤੌਰ ਤੇ ਕੰਮਕਾਰ ਚੱਲਦਾ ਹੋਏ ਤੇ ਬੰਦਾ ਬੇਫਿਕਰ ਜਿਹਾ ਹੋ ਜਾਂਦਾ ਵੀ ਕੰਮਕਾਰ ਚੱਲ ਰਹੇ ਨੇ ਆਪਣੇ ਹੁਣ ਜਿਹੜਾ ਰੱਬ ਦੇ ਕੋਲ ਆ ਗਿਆ ਰੱਬ ਦੇ ਘਰ ਚ ਆ ਗਿਆ ਉਹਨੂੰ ਫਿਰ ਚਿੰਤਾ ਕਾਦੀ ਹੈ ਸਾਨੂੰ ਤੇ ਰੱਬ ਦੇ ਘਰ ਚ ਬੈਠਿਆਂ ਵੀ ਚਿੰਤਾ ਲੱਗੀ ਰਹਿੰਦੀ ਕਿ ਰੱਬ ਨੇ ਪਤਾ ਨਹੀਂ ਸਾਡੀ ਮੰਨਣੀ ਕਿ ਨਹੀਂ ਮੰਨਣੀ ਅਸੀਂ ਪਰ ਇਸ ਤਰੀਕੇ ਨਾਲ ਅਰਦਾਸ ਕਰਾਂਗੇ ਤਾਂ ਮੰਨੀ ਜਾਏਗੀ ਅਸੀਂ ਇੰਨੇ ਦਿਨ ਕਰਾਂਗੇ ਤਾਂ ਮੰਨੀ ਜਾਏਗੀ ਇਹ ਸਭ ਕੁਝ ਜਿਹੜੀਆਂ ਗੱਲਾਂ ਨੇ ਅਜੇ ਸਾਡੇ ਅੰਦਰ ਪੂਰਨ ਵਿਸ਼ਵਾਸ ਨਾ ਪ੍ਰਗਟ ਹੋਣ ਦੀਆਂ ਨਿਸ਼ਾਨੀਆਂ ਨੇ ਜਦੋਂ ਰੱਬ ਨਾਲ ਜੁੜ ਗਏ ਰੱਬ ਦੇ ਕੋਲ ਆ ਗਏ ਰੱਬ ਦਾ ਪਤਾ ਲੱਗ ਗਿਆ ਫਿਰ ਤੇ ਫਿਰ ਬੋਲਿਆ ਸਭ ਕਿਸ ਜਾਣਦਾ ਪਤਾ ਹੈ ਕਿ ਉਹ ਸਭ ਕੁਝ ਜਾਣਦੇ ਹੁਣ ਬੱਚਾ ਬਾਪੂ ਦੇ ਕੋਲ ਰਹਿੰਦਾ ਚਲੋ ਬਾਪੂ ਤੋਂ ਗਵਾਚ ਗਿਆ ਦੂਰ ਚਲ ਗਿਆ ਉਹ ਗੱਲ ਵੱਖਰੀ ਹੈ ਇੱਕ ਬੱਚਾ ਬਾਪੂ ਦੇ ਕੋਲ ਰਹਿੰਦਾ ਹੈ ਬਾਪੂ ਦੇ ਘਰ ਚ ਰਹਿੰਦਾ ਹੈ ਹੁਣ ਬਾਪੂ ਦੇ ਘਰ ਚ ਰਹੇ ਕਿ ਵੀ ਉਹਨੂੰ ਹੱਥ ਜੋੜ-ਜੋੜ ਕੇ ਮੰਗਣਾ ਪਏ ਪਤਾ ਨਹੀਂ ਬਾਪੂ ਮੰਨੇਗਾ ਕਿ ਨਹੀਂ ਮੰਨੇਗਾ ਪਤਾ ਨਹੀਂ ਮੰਨੇਗਾ ਕਿ ਨਹੀਂ ਮੰਨੇਗਾ ਇਹਦਾ ਮਤਲਬ ਕੀ ਹੋਦਾ ਬਾਪੂ ਦੇ ਪ੍ਰਤੀ ਪ੍ਰੋਸਾ ਹੀ ਨਹੀਂ ਹੈ ਇਸ ਕਰਕੇ 사ਦਗੁਰੂ ਜੀ ਕਹਿੰਦੇ ਹਰ ਕੋਈ ਇੱਕ ਰੱਬ ਦੀ ਗੱਲ ਤੇ ਕਰਦਾ ਹੈ ਪਰ ਹਰ ਕੋਈ ਇੱਕ ਰੱਬ ਨੂੰ ਜਾਣਦਾ ਨਹੀਂ ਹੈ ਸਮਝਦਾ ਨਹੀਂ ਹੈ ਰੱਬ ਨੂੰ ਤੇ ਸਮਝਿਆ ਤਾਂ ਜਾਏਗਾ ਜੇ ਰੱਬ ਦੇ ਹੁਕਮ ਦਾ ਸਾਨੂੰ ਪਤਾ ਹੋਏ ਉਹਦੀ ਰਜ਼ਾ ਦਾ ਪਤਾ ਹੋਏ ਗੁਰਮਤ ਦਾ ਪਹਿਲਾ ਉਪਦੇਸ਼ ਹੀ ਇੱਥੋਂ ਸ਼ੁਰੂ ਹੁੰਦਾ ਹੈ ਹੁਕਮ ਰਜ਼ਾਈ ਚਲਣਾ ਨਾਂਕ ਲਿਖਿਆ ਨਾਲ ਉਹ ਕਿਹੜਾ ਹੁਕਮ ਜਿਹਦੇ ਵਿੱਚ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਨ ਜੀ ਹੁਕ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਝੈ ਤਾਂ ਹਉਮੈ ਕਹਿ ਨ ਕੋਈ ਜੇ ਕਿਤੇ ਉਸ ਹੁਕਮ ਦਾ ਪਤਾ ਲੱਗ ਜਾਏ ਫਿਰ ਤੇ ਮਨੁੱਖ ਨੂੰ ਚਿੰਤਾ ਹੀ ਕੋਈ ਨਹੀਂ ਹੈ ਕੋ ਗਾਮੀ ਕੋਈ ਨਹੀਂ ਹੈ ਬਸ ਉਹ ਹੁਕਮ ਨੂੰ ਸਮਝਣ ਤੋਂ ਬਿਨਾ ਮਨੁੱਖ ਕਦੀ ਰੱਬ ਨੂੰ ਸਮਝ ਹੀ ਨਹੀਂ ਸਕਦਾ ਜੋ ਮਰਜ਼ੀ ਕਰਦਾ ਰਹੇ ਸਤਗੁਰੂ ਜੀ ਨੇ RAM KALI Raag ਵਿੱਚ ਬਚਨ ਬਖਸ਼ਿਸ਼ ਕੀਤਾ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੀ ਗੁਸਈਆ ਕੋਈ ਅਲਾਏ ਕੋਈ RAM RAM ਕਹਿੰਦਾ ਕੋ ਖੁਦਾ ਕਹਿੰਦੇ ਕੋ ਅੱਲਾਹ ਕੀ ਨਾ ਕੋ ਗੁਸਾਈਂ ਕਹਿੰਦੇ ਕੋਈ ਓਡੇ ਨੀਲ ਕੋਈ ਸੁਪੇਧ ਕੋਈ ਪੜੇ ਭੇਦ ਕੋਈ ਕਤੇਵ ਕੋ ਚਿੱਟੇ ਕਪੜੇ ਪਾ ਕੇ ਕਹਿੰਦਾ ਮੈਂ ਧਾਰਮਿਕ ਬਣ ਗਿਆ ਕੋ ਨੀਲੇ ਕਪੜੇ ਪਾ ਕੇ ਕਹਿੰਦਾ ਮੈਂ ਧਾਰਮਿਕ ਬਣ ਗਿਆ ਕੋ ਵੇਦਾਂ ਨੂੰ ਪੜ ਕੇ ਕਹਿੰਦਾ ਮੈਂ ਧਰਮਕਮਾਰਿਆ ਕੋ ਕਤੇਬਾਂ ਨੂੰ ਪੜ ਕੇ ਧਰਮਨੁ ਕਮਾਉਣ ਦੀ ਗੱਲ ਕਰਦਾ ਕੋਈ ਨਹਾਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਹੀਂ ਆਏ ਕੋਈ ਤੀਰਥਾਂ ਦੇ ਨਾ ਆ ਕੇ ਕਹਿੰਦਾ ਮੈਂ ਰੱਬ ਨੂੰ ਪ੍ਰਸੰਨ ਕਰ ਲਵਾਂਗਾ ਕੋਈ ਹੱਜ ਤੇ ਜਾ ਕੇ ਕਹਿੰਦਾ ਰੱਬ ਮਿਲ ਜਾਏਗਾ ਔਰ ਕੋਈ ਪੂਜਾ ਕਰਨਾ ਕੋਈ ਨਮਾਜ਼ ਪੜਨ ਸਿਰ ਝਕਾਉਣ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਵੱਖਰੇ ਵੱਖਰੇ ਅਕੀਦੇ ਨੇ ਮਨੁੱਖ ਦੇ ਪਰ ਸਤਗੁਰੂ ਜੀ ਕਹਿੰਦੇ ਬਹੁਤ ਕੁਝ ਕਰਦੇ ਨੇ ਲੋਕ ਕੋਉ ਨਾਨਕ ਜਿਨ ਹੁਕਮ ਪਛਾਤਾ ਸਤਗੁਰੂ ਜੀ ਕਹਿੰਦੇ ਜਿੰਨੇ ਵੀ ਲੋਕ ਲੱਗੇ ਕੋ ਖੁਦਾ ਕਹੇ ਕੋ ਅੱਲਾਹ ਕੋ ਰਾਮ ਕਹੇ ਕੋ ਗੋਪਾਲ ਕਹੇ ਜਿਨਨੇ ਵਾਹਿਗੁਰਜੀ ਦੇ ਹੁਕਮ ਨੂੰ ਜਾਣਿਆ ਪਛਾਣਿਆ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਕੇਵਲ ਰਾਮ ਰਾਮ ਕਹਿਣ ਨਾਲ ਰੱਬ ਨੂੰ ਨਹੀਂ ਜਾਣਿਆ ਜਾਏਗਾ ਕੇਵਲ ਵਾਹਿਗੁਰੂ ਆਈ ਗੁਰੂ ਕਹਿਣ ਨਾਲ ਰੱਬ ਨੂੰ ਨਹੀਂ ਜਾਣਿਆ ਜਾਏਗਾ ਕਹਿਣਾ ਮੁਬਾਰਕ ਹੈ ਕਹਿਣਾ ਜ਼ਰੂਰੀ ਹੈ ਪਰ ਰੱਬ ਨੂੰ ਜੀ ਕਿੰਨਾ ਨੇ ਜਾਣਿਆ ਹੁਕਮ ਬੂਝੇ ਤਾਂ ਇਹ ਕੋ ਜਾਣੇ ਜਿਹੜਾ ਹੁਕਮ ਨੂੰ ਸਮਝਦਾ ਹੈ ਹੁਕਮ ਨੂੰ ਜਾਣਦਾ ਹੈ ਹੁਣ ਰੱਬ ਦੇ ਹੁਕਮ ਦਾ ਸਾਨੂੰ ਕਿਵੇਂ ਪਤਾ ਚੱਲੇ ਜੇ ਰੱਬ ਦਾ ਹੀ ਨਹੀਂ ਪਤਾ ਤੇ ਰੱਬ ਦੇ ਹੁਕਮ ਦਾ ਕਿਵੇਂ ਪਤਾ ਚੱਲੇ ਮਨੁੱਖ ਸੋਚਦਾ ਹੈ ਕਿ ਕੁਝ ਫਾਰ ਬਾਹਰਲੇ ਕੰਮ ਕਰਨ ਨਾਲ ਹੀ ਰੱਬ ਖੁਸ਼ ਹੋ ਜਾਏਗਾ ਔਰ ਬੇਅੰਤ ਲੁਕਾਈ ਉਧਰ ਲੱਗੀ ਹੋਈ ਹੈ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ ਜੇ ਮਾਰਗ ਪੰਡਿਤ ਗਏ ਪਾਛੇ ਪਰਿ ਬਹੀਰ ਢੀੜ ਟੁੱਟ ਕੇ ਪੈ ਜਾਂਦੀ ਜਿੱਧਰ ਕੋ ਗਿਆ ਕੰਮ ਕਰੋ ਰੱਬ ਮਿਲ ਜਾਏਗਾ ਇੱਥੇ ਨਾਲ ਰੱਬ ਮਿਲ ਜਾਏਗਾ ਭੀੜਾਂ ਲੱਗ ਜਾਂਦੀਆਂ ਨੇ ਪਰ ਰੱਬ ਵਾਲੇ ਮਾਰਗ ਤੇ ਚੱਲਣ ਦਾ ਅਰਥ ਹੈ ਦੁਨਿਆਵੀ ਇਨ੍ਹਾਂ ਸਾਧਨਾ ਤੋਂ ਮੁਕਤ ਹੋਣਾ ਕਰਮ ਕੰਨਾਂ ਤੋਂ ਮੁਕਤ ਹੋਣਾ ਸਤਿਗੁਰੂ ਸਾਹਿਬ ਜੀ ਕਹਿੰਦੇ ਹੁਕਮ ਬੁਝੇ ਤਾਂ ਇੱਕੋ ਜਾਣੇ ਜਿੰਨਾ ਚਿਰ ਮਨੁੱਖ ਹੁਕਮ ਨੂੰ ਨਹੀਂ ਸਮਝੇਗਾ ਉਹਨਾਂ ਚਿਰ ਮਨੁੱਖ ਹੰਕਾਰ ਚ ਰਹੇਗਾ ਹੰਕਾਰ ਕਰਕੇ ਨਿਰੰਕਾਰ ਤੋਂ ਦੂਰ ਹੈ ਹੁਕਮ ਦਾ ਸਾਨੂੰ ਕਿਵੇਂ ਪਤਾ ਲੱਗੇ ਇਹ ਹੀ ਤਾਂ ਇੱਕ ਮਾਰਗ ਹੈ ਔਖਾ ਇਹ ਹੀ ਤਾਂ ਇੱਕ ਗੁੰਝਲ ਹੈ ਹੁਕਮ ਦਾ ਕਿਵੇਂ ਪਤਾ ਲੱਗੇ ਸਤਗੁਰੂ ਜੀ ਕਿੰਨੇ ਹੁਕਮ ਨੂੰ ਜਾਣਨ ਦੇ ਲਈ ਨਾ ਫਿਰ ਗੁਰੂ ਦੇ ਹੁਕਮ ਚ ਆ ਜਾਓ ਕਿਉਂਕਿ ਗੁਰੂ ਪ੍ਰਭੂ ਦਾ ਰੂਪ ਹੈ ਸਤਗੁਰੂ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਨਾਇਆ ਇਹ ਨਹੀਂ ਹੈ ਕਿ ਧਰਮ ਦੇ ਨਾਂ ਤੇ ਮਨੁੱਖ ਯਤਨ ਨਹੀਂ ਕਰਦਾ ਬਹੁਤ ਕੁਝ ਹੋ ਰਿਹਾ ਧਰਮ ਦੇ ਨਾਂ ਤੇ ਧਰਮ ਦੇ ਨਾਂ ਤੇ ਬਹੁਤ ਮੈਨ ਪਾਵਰ ਲੱਗ ਰਹੀ ਹੈ ਧਰਮ ਦੇ ਨਾਂ ਤੇ ਬਹੁਤ ਮਨਹੀ ਪਾਵਰ ਲੱਗ ਰਹੀ ਹੈ ਧਰਮ ਦੇ ਨਾਂ ਤੇ ਕਿੰਨੀ એનર્ਜੀ ਮਨੁੱਖ ਦੀ ਲੱਗ ਰਹੀ ਹੈ ਕਿੱਡੇ-ਕੱਡੇ ਵੱਡੇ ਇਕੱਠ ਹੁੰਦੇ ਨੇ ਕਿਡੇ-ਕਿਡੇ ਵੱਡੇ ਧਾਰਮਿਕ ਸਮਾਗਮ ਹੁੰਦੇ ਨੇ ਕਿੰਨਾ ਪੈਸਾ ਕਿੰਨੀ ਦੌਲਤ ਮਨੁੱਖਤਾ ਦੀ ਦਸਾਂ ਨਵਾਂ ਦੀ ਕਿਰਤ ਦੀ ਜਿਹੜੀ ਲੱਗੀ ਹੋਈ ਹੈ ਪਰ ਸਮਾਜ ਆਏ ਦਿਨ ਨਿਗਰਦਾ ਹੀ ਜਾ ਰਿਹਾ ਹੈ ਮਨੁੱਖ ਜਿਹੜਾ ਹੈ ਉਹ ਆਏ ਦਿਨ ਹੋਰ ਦੁੱਖਾਂ ਵਿੱਚ ਖਛਤ ਹੁੰਦਾ ਚੱਲਿਆ ਜਾ ਰਿਹਾ ਹੈ ਕੋਈ ਨਾ ਕੋਈ ਨਵੀਆਂ ਤੋਂ ਨਵੀਆਂ ਪਰੇਸ਼ਾਨੀਆਂ ਬਲਾਮਤਾਂ ਖੜੀਆਂ ਹੁੰਦੀਆਂ ਜਾਂਦੀਆਂ ਨੇ ਇਹ ਮਨੁੱਖ ਤਾਂ ਜ਼ਿੰਦਗੀ 'ਚ ਬਹੁਤ ਖੁਸ਼ਹਾਲ ਹੋਣਾ ਚਾਹੀਦਾ ਸੀ ਜਿੰਨੇ ਵਧੀਆ ਸਾਧਨ ਨੇ ਇਹਦੇ ਕੋਲ ਪਰ ਜਿਉਂ-ਜਿਉਂ ਸਾਧਨ ਆਉਂਦੇ ਜਾਂਦੇ ਨੇ ਕਿਉਂ ਤਾਂ ਮਨੁੱਖ ਦੁੱਖਾਂ 'ਚ ਹੀ ਖਚਤ ਹੋਈ ਚੱਲਿਆ ਜਾਂਦੇ ਨੇ ਨਰਾਲੇ ਨਰਾਲੇ ਜਿਹਾ ਦੁੱਖ ਪੈਦਾ ਹੋ ਰਹੇ ਨੇ ਉਹਦਾ ਕਾਰਨ ਹੈ ਕਿ ਮਨੁੱਖ ਰੱਬੀ ਹੁਕਮ ਨੂੰ ਜਾਣਦਾ ਨਹੀਂ ਹੈ ਮਨੁੱਖ ਦੇ ਮਨ 'ਚ ਹੰਕਾਰ ਕਰਕੇ ਬਹੁਤ ਵੱਡਾ ਭਰਮ ਤੇ ਭੁਲੇਖਾ ਖੜਾ ਹੋ ਜਾਂਦਾ ਹੈ ਫਲਾਣਾ ਬੜਾ ਪਾਵਰਫੁਲ ਹੈ ਜੀ ਬਸ ਇਹਦੇ ਨਾਲ ਟੱਕਰ ਲੈਣੀ ਬੜੀ ਔਖੀ ਹੈ ਇਹ ਤਾਂ ਤਬਾਹ ਕਰ ਦੇਵੇਗਾ ਦੁਨੀਆ ਨੂੰ ਅਸੀਂ ਅੰਦਰੋਂ ਇੰਨੇ ਡਰੇ ਹੋਏ ਔਰ ਸਾਨੂੰ ਡਰਾਇਆ ਹੋਇਆ ਮਨੁੱਖ ਨੂੰ ਡਰਾਇਆ ਹੋਇਆ ਅੰਦਰ ਕੋਈ ਮਨੁੱਖ ਧਰਤੀ ਨੂੰ ਤਬਾਹ ਨਹੀਂ ਕਰ ਸਕਦਾ ਕੋਈ ਮਨੁੱਖ ਕਿਸੇ ਨੂੰ ਮਾਰ ਨਹੀਂ ਸਕਦਾ ਮਨੁੱਖ ਨੂੰ ਅੰਦਰੋਂ ਡਰਾ ਦਿੱਤਾ ਗਿਆ ਮਨੁੱਖ ਆਪਣੀ ਡਰ ਦੇ ਨਾਲ ਹੀ ਮਰੀ ਚਲਿਆ ਜਾਂਦਾ ਕਮਜ਼ੋਰ ਹੋ ਗਿਆ ਅੰਦਰੋਂ ਮਨੁੱਖ ਦੇ ਅੰਦਰ ਹੀਣ ਭਾਵਨਾ ਪੜ ਦਿੱਤੀ ਗਈ ਮਨੁੱਖ ਦੇ ਅੰਦਰ ਇੰਨੀ ਕੋਈ ਨੈਗੇਟਿਵਿਟੀ ਭਰ ਹੀ ਜਾਂਦੀ ਹੈ ਇੰਨੀ ਕੋਈ ਨਿਰਾਸ਼ਤਾ ਪੈਦਾ ਕਰ ਦਿੱਤੀ ਜਾਂਦੀ ਹੈ ਕਿ ਮਨੁੱਖ ਨੂੰ ਆਪਣੀ ਤਾਕਤ ਦਾ ਹੀ ਨਹੀਂ ਪਤਾ ਮਨੁੱਖ ਨੂੰ ਆਪਣੀ ਸਮਰੱਥਾ ਦਾ ਹੀ ਨਹੀਂ ਪਤਾ ਕਿ ਮੈਂ ਕੀ ਕਰ ਸਕਦਾ ਮਨੁੱਖ ਨੂੰ ਆਪਣੀ ਵੈਲਿਊ ਦਾ ਨਹੀਂ ਪਤਾ ਕਿ ਮਨੁੱਖ ਜਿਹੜਾ ਰੱਬ ਦਾ ਹੀ ਰੂਪ ਹੈ ਮਨੁੱਖ ਪਰਮਾਤਮਾ ਤੋਂ ਬਾਅਦ ਅਗਰ ਕੋਈ ਤਾਕਤਵਰ ਹੈ ਤੇ ਉਹ ਮਨੁੱਖ ਹੀ ਹੈ ਇਹ ਮਨੁੱਖ ਜਿਹਨੇ ਵੱਡੇ ਵੱਡੇ ਪਹਾੜ ਢਾਹ ਦਿੱਤੇ ਇਹ ਮਨੁੱਖ ਜਿਹੜਾ ਉਹ ਚੰ드ਰਮਾ ਤੱਕ ਚੱਲਿਆ ਗਿਆ ਦੂਜੀਆਂ ਧਰਤੀਆਂ ਤੇ ਜਾਣ ਲੱਗ ਪਿਆ ਇਹ ਮਨੁੱਖ ਜਿਹਨੇ ਵੱਡੇ ਵੱਡੇ ਸਮੁੰਦਰ ਗਾਹ ਛੋਟੇ ਇਹ ਕਿਸੇ ਕਰਾਮਾਤ ਨੇ ਨਹੀਂ ਗਾਈ ਮਨੁੱਖ ਨੇ ਗਾਈ ਨਹੀਂ ਇਹ ਮਨੁੱਖ ਜੀ ਨੇ ਧਰਤੀ ਦੇ ਐਨ ਸੀਨੇ ਨੂੰ ਐਨ چیر ਕੇ ਰੱਖ ਦਿੱਤਾ ਉਹ ਮਨੁੱਖ ਡਰਿਆ ਹੋਇਆ ਉਹ ਮਨੁੱਖ ਡਰਿਆ ਇਸ ਕਰਕੇ ਉਹਦੇ ਅੰਦਰ ਇਨੀ ਕੋਈ ਹੀਣ ਭਾਵਨਾ ਪਰ ਦਿੱਤੀ ਗਈ ਆਏ ਦਿਨ ਆਪਾਂ ਦੇਖਦੇ ਆ ਜੋ ਕੁਝ ਭਰਿਆ ਜਾ ਰਿਹਾ ਮਨੁੱਖ ਦੇ ਅੰਦਰ ਉਹ ਨਿਰਾਸ਼ਤਾ ਭਰੀ ਜਾ ਰਹੀ ਹੈ ਮਨੁੱਖ ਦੇ ਅੰਦਰ ਨਾ ਕਿ ਵਿੱਟੀ ਭਰੀ ਨੈਗੇਟਿਵਿਟੀ ਭਰੀ ਜਾਂਦੀ ਹੈ ਮਨੁੱਖ ਅੰਦਰੋਂ ਹੀਣ ਭਾਵਨਾ ਚ ਗ੍ਰਸਤ ਹੋਈ ਚੱਲਿਆ ਜਾ ਰਿਹਾ ਹੈ ਪਰ ਇਹ ਉਹਨਾਂ ਚਿਰ ਸੁਖੀ ਨਹੀਂ ਹੋ ਸਕੇਗਾ ਜਿਨਾਂ ਚਿਰ ਰੱਬ ਦੀ ਰਜ਼ਾ ਦਾ ਇਹਨੂੰ ਪਤਾ ਨਹੀਂ ਲੱਗੇਗਾ ਇਹ ਵੱਡੇ ਵੱਡੇ ਜਿਹੜੇ ਆਏ ਨੇ ਰੱਬ ਦੇ ਹੁਕਮ ਚ ਆਏ ਨੇ ਆਮ ਲੋਕਾਂ ਦੀ ਅੱਜ ਦੇ ਲੋਕਾਂ ਦੀ ਤੇ ਗੱਲ ਹੀ ਛੱਡ ਦਿਓ ਗੁਰਬਾਣੀ ਕਹਿੰਦੀ ਏ ਇੱਕ ਸ਼ਿਵ ਭੇ ਇੱਕ ਗਏ ਇੱਕ ਫਿਰ ਭੇ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇੱਕ ਨਹੀਂ ਕੋਟ ਬ੍ਰਹਮਾ ਜਗ ਸਾਜਣ ਲਾਏ ਕਰੋੜਾਂ ਹੀ ਬ੍ਰਹਮਾ ਤੁਰੇ ਫਿਰਦੇ ਨੇ ਇੱਥੇ ਇੱਕ ਥੋੜੋ ਹੈ ਕਿਤੇ ਕਾਨ ਮਹੇਸ ਕਿੰਨੇ ਕੋ ਕਾਨ ਮਹੇਸ ਤੁਰੇ ਫਿਰਦੇ ਨੇ ਗਿਣਤੀ ਕੋਈ ਨਹੀਂ ਇੱਥੇ ਤਾਂ ਤੇ ਅਸੀਂ ਸੋਚਦੇ ਕਿ ਕੋਈ ਇੱਕ ਮਨੁੱਖ ਜੀਓ ਬੜਾ ਪਾਵਰਫੁਲ ਹੋਵੇ ਤੇ ਧਰਤੀ ਨੂੰ ਤਬਾਹ ਕਰ ਦੇਗਾ ਤੇ ਸਾਨੂੰ ਮਾਰ ਦੇਵੇ ਸੇ ਡਰ ਜਾਂਨੇ ਕੋਈ ਸਾਨੂੰ ਨਹੀਂ ਮਾਰਦਾ ਸੀ ਆਪਣੇ ਡਰ ਨਾਲ ਹੀ ਮਰ ਜਾਂਨੇ ਦਰਸਲ ਗੁਰਬਾਣੀ ਮਨੁੱਖ ਦੇ ਅੰਦਰੋਂ ਡਰ ਕੱਟਦੀ ਹੈ ਗੁਰਬਾਣੀ ਮਨੁੱਖ ਦੇ ਅੰਦਰ ਸੈਮਾਨ ਪੈਦਾ ਕਰਦੀ ਹੈ ਉੱਚੀ ਸੋਚ ਪੈਦਾ ਕਰਦੀ ਹੈ ਕਿ ਬੰਦਿਆ ਤੂੰ ਜੋ ਚਾਹੇ ਜ਼ਿੰਦਗੀ ਚ ਕਰ ਸਕਦਾ ਹੈ ਇਦੋਂ ਵੱਡੀ ਸਤਿਗੁਰ ਜੀ ਦੀ ਵੱਡੀ ਸੋਚ ਕੀ ਹੋ ਸਕਦੀ ਹੈ ਬਲ ਹੋਵਾ ਬੰਧਨ ਛੁਟੇ ਸਭ ਕੁਝ ਹੋ ਤ ਉਪਾਏ ਸਭ ਕੁਝ ਹੋ ਤ ਉਪਾਏ ਹਰ ਉਪਾਅ ਮਨੁੱਖ ਕਰ ਸਕਦਾ ਹੈ ਹਰ ਸਾਧਨ ਬਣ ਸਕਦਾ ਹੈ ਜ਼ਿੰਦਗੀ ਚ ਪਰ ਮਨੁੱਖ ਜ਼ਿੰਦਗੀ ਦੇ ਅੰਦਰ ਉੱਚੀ ਸੋਚ ਲੈ ਕੇ ਤੁਰੇ ਦੇਖੋ ਨਾ ਅਸੀਂ ਆਮ ਉਦਾਹਰਣ ਦਿੰਨੇ ਆ ਕਿ ਫਲਾਣਾ ਬੰਦਾ ਹਮਾਲੀਆ ਪਰਬਤ ਚੜ ਗਿਆ ਉਹ ਵੀ ਤੇ ਬੰਦਾ ਹੀ ਆ ਉਹ ਕੋ ਖਮਤ ਨਹੀਂ ਲੱਗੇ ਹੋਏ ਉਹਨੂੰ ਉਹਦੇ ਅੰਦਰ ਜ਼ਿਕਰ ਹੈ ਦਰਸਲ ਅਸੀਂ ਉਦਾਹਰਣ ਪੜਦੇ ਆ ਕਿ 40 ਸਿੰਘਾਂ ਨੇ 10 ਲੱਖ ਨਾਲ ਮੁਕਾਬਲਾ ਕੀਤਾ ਉਹ ਵੀ ਤੇ ਇਨਸਾਨ ਹੀ ਸਨ ਪੰਜਾ ਤੱਤਾਂ ਦੇ ਬਣੇ ਸਾਡੇ ਵਰਗੇ ਦੋ ਹੱਥ ਨੇ ਦੋ ਪੈਰ ਨੇ ਉਹਨਾਂ ਚ ਕੋ ਵੱਖਰਾ ਨਹੀਂ ਕੋ ਕਰਾਮਾਤ ਨਹੀਂ ਹੈ ਗੁਰਮਤਿ ਇਹਨਾਂ ਚੀਜ਼ਾਂ ਨੂੰ ਮੰਨਦੀ ਨਹੀਂ ਹੈ ਗੁਰਮਤਿ ਤੁਹਾਡੇ ਅੰਦਰਲੀ ਕਰਾਮਾਤ ਨੂੰ ਪ੍ਰਗਟ ਕਰਨਾ ਚਾਹੁੰਦੀ ਕਿ ਤੁਹਾਡੇ ਅੰਦਰ ਕਿੰਦੀ ਵੱਡੀ ਸਮਰਥਾ ਹੈ ਤੁਹਾਡੇ ਅੰਦਰ ਨਾਟਕ ਚੇਟ ਕਰਨਾ ਕੋ ਮਹਾਨਤਾ ਨਹੀਂ ਹੈ ਕਿਸੇ ਮਨੁੱਖ ਦੇ ਅੰਦਰ ਮਨੁੱਖਤਾ ਪੈਦਾ ਕਰ ਦੇਣਾ ਕਿਸੇ ਮਨੁੱਖ ਦੇ ਅੰਦਰ ਉੱਚੀ ਸੋਚ ਪੈਦਾ ਕਰ ਦੇਣਾ ਇਹ ਕਰਾਮਾਤ ਹੈ ਔਰ ਉਹ ਚੀਜ਼ ਸੋਚ ਪੈਦਾ ਕਰਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਹਿਬ ਜੀ ਕਹਿੰਦੇ ਬੰਦਿਆ ਕਿਤੇ ਤੂੰ ਰੱਬ ਦੇ ਹੁਕਮ ਨੂੰ ਸਮਝ ਲੈ ਨਾ ਗੁਰਬਾਣੀ ਹੁਕਮ ਦੀ ਗੱਲ ਕਰਦੀ ਹੈ ਜਿਨ ਨੂੰ ਹੁਕਮ ਦੀ ਸਮਝ ਪੈ ਜਾਏ ਜਿੰਨੀ ਪਛਤਾਤਾ ਹੁਕਮ ਤਿੰਨ ਕਦੇ ਨਾ ਰੋਵਣਾ ਉਹ ਕਦੀ ਉਦਾਸ ਹੀ ਨਹੀਂ ਹੁੰਦੇ। ਜੋ ਹੁਕਮ ਨੂੰ ਜਾਣਨ ਵਾਲੀ ਗੱਲ ਕਹਿੰਦੇ ਚਾਰ ਮੁਵੇ ਤੋਂ ਕਿਹਾ ਹੁਆ ਜੀਵਤ کئی ਹਜ਼ਾਰ। ਇਹ ਵੱਡੀ ਕੋ ਗੱਲ ਹੋ ਸਕਦੀ ਹੈ ਕਿ ਕਿਸੇ ਵਿਅਕਤੀ ਦਾ ਸਭ ਕੁਝ ਹੀ ਉਜੜ ਜਾਵੇ, ਪਰਿਵਾਰ ਚਲਿਆ ਜਾਏ, ਬੱਚੇ ਕੁਰਬਾਨ ਹੋ ਜਾਣ ਤੇ ਇਹਨਾਂ ਕੁਝ ਕਹਿਣ ਤੋਂ ਬਾਅਦ ਕਿ ਚਾਰ ਮੁਵੇ ਤੋਂ ਕਿਹਾ ਹੁਆ ਜੀਵਤ کئی ਹਜ਼ਾਰ। ਇਹ ਉੱਚੀ ਸੋਚ ਹੈ। ਇਸ ਕਰਕੇ ਸਾਰਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦਿਆ ਜੇ ਕਿ ਤੂੰ ਹੁਕਮ ਨੂੰ ਸਮਝ ਲੈਣਾ ਹੁਕਮ ਬੂਝੈ ਤਾਂ ਇੱਕੋ ਜਾਣੇ ਜੇ ਤੂੰ ਹੁਕਮ ਨੂੰ ਸਮਝ ਲੈ ਤਾਂ ਇੱਕ ਪਰਮਾਤਮਾ ਨੂੰ ਜਾਣ ਲੇਗਾ ਹੁਣ ਜੇ ਹੁਕਮ ਨੂੰ ਜਾਣਣਾ ਹੈ ਫਿਰ ਗੁਰੂ ਕੀ ਸੰਗਤ ਆ ਸਾਰਗੁਰ ਜੀ ਨੇ ਕਹਿਆ ਸੀ ਇਹ ਮਲ ਮੌਲੇ ਸਤਗੁਰ ਸੰਗ ਮਨ ਤੇ ਉਦੋਂ ਮੌਲੇ ਕਾ ਜਦੋਂ ਗੁਰੂ ਕੀ ਸੰਗਤ ਵਿੱਚ ਆਏਗਾ ਗੁਰੂ ਕੀ ਸੰਗਤ ਵਿੱਚ ਆ ਕੇ ਮੌਲੇ ਕਾ ਉਦੋਂ ਜਦੋਂ ਗੁਰੂ ਕੇ ਹੁਕਮ ਨੂੰ ਸਮਝੇਗਾ ਗੁਰੂ ਕੀ ਰਜ਼ਾ ਚੱਲੇਗਾ ਗੁਰੂ ਕੇ ਪਿਆਰ ਹੋ ਜੁੜੇਗਾ ਗੁਰੂ ਕੇ ਸ਼ਬਦ ਨਾਲ ਜੁੜੇਗਾ ਤੇ ਸਤਗੁਰੂ ਜੀ ਕਿਨੇ ਜੇ ਤੂੰ ਹੁਕਮ ਨੂੰ ਜਾਣਣਾ ਤੇ ਗੁਰੂ ਕੇ ਹੁਕਮ ਨੂੰ ਸਮਝ ਲਾ ਗੁਰੂ ਦੇ ਹੁਕਮ ਦੀ ਜਦੋਂ ਸਾਨੂੰ ਸਮਝ ਪੈ ਗਈ ਜਦੋਂ ਗੁਰੂ ਕੇ ਹੁਕਮ ਵਿੱਚ ਚੱਲਣ ਲੱਗ ਪਏ ਰੱਬ ਦੇ ਹੁਕਮ ਵਿੱਚ ਆਟੋਮੈਟਿਕਲੀ ਆ ਜਾਵਾਂਗੇ ਰੱਬ ਦਾ ਹੁਕਮ ਤੇ ਗੁਰੂ ਦਾ ਹੁਕਮ ਵੱਖਰਾ ਨਹੀਂ ਗੁਰੂ ਤੇ ਪਰਮਾਤਮਾ ਕੋ ਵੱਖਰੇ ਨਹੀਂ ਗੁਰ ਪਰਮੇਸ਼ਰ ਇੱਕੋ ਜਾਣ ਜਦੋਂ ਗੁਰੂ ਦਾ ਹੁਕਮ ਮਿੱਠਾ ਲੱਗਿਆ ਰੱਬ ਦਾ ਹਰ ਹੁਕਮ ਸਾਨੂੰ ਮਿੱਠਾ ਲੱਗੇਗਾ ਜਦੋਂ ਗੁਰੂ ਕਾ ਬਚਨ ਸਾਨੂੰ ਮਿੱਠਾ ਲੱਗਿਆ ਰਬ ਦਾ ਨਾਮ ਆਪਣੀਆਂ ਵੀ ਮਿੱਠਾ ਲੱਗੇਗਾ ਪਰ ਅਸੀਂ ਕਹਿੰਦੇ ਸਿੱਧਾ ਹੀ ਰੱਬ ਨਾਲ ਜੁੜ ਜਾਈਏ ਬਿਲਕੁਲ ਜਿੱਦਾਂ ਧਰਤੀ ਤੇ ਆਕਾਸ਼ ਦਾ ਕਦੀ ਮੇਲ ਨਹੀਂ ਹੋ ਸਕਦਾ ਧਰਤੀ ਤੇ ਆਕਾਸ਼ ਦਾ ਕਦੀ ਮੇਲ ਨਹੀਂ ਹੋ ਸਕਦਾ ਮਨੁੱਖ ਕਦੀ ਰੱਬ ਨੂੰ ਨਹੀਂ ਮਿਲ ਸਕਦਾ ਮਨੁੱਖ ਕਦੀ ਰੱਬ ਨੂੰ ਨਹੀਂ ਮਿਲ ਸਕਦਾ ਉਹ ਗੁਰੂ ਨੂੰ ਮਿਲ ਸਕਦਾ ਤੇ ਗੁਰੂ ਰਾਹੀਂ ਪਰਮਾਤਮਾ ਨੂੰ ਮਿਲ ਸਕਦਾ ਇਸ ਕਰਕੇ ਕਦੀ ਇਹ ਭਰਮ ਹੈ ਲੋਕਾਂ ਦਾ ਕਿ ਇਨੇ ਦਿਨ ਪੂਰੇ ਜਿ ਬਹਿ ਜਾਵਾਂਗੇ ਰੱਬ ਮਿਲ ਜਾਈਗਾ ਇਹ ਭਰਮ ਹੈ ਲੋਕਾਂ ਦਾ ਕਿ ਨੇ ਦਿਨ ਪਹਾੜਾਂ ਤੇ ਚਲੇ ਜਾਗੇ ਇੰਨਾ ਨਹਾ ਲਾਂਗੇ ਇੰਨੇ ਪਾਠ ਕਰ ਲਾਂਗੇ ਰੱਬ ਮਿਲ ਜਾਏਗਾ ਇਹ ਭਰਮ ਚੀ ਦੁਨੀਆ ਤੁਰ ਫਿਰਦੀ ਭਰਮ ਨੂੰ ਹੀ ਧਰਮ ਸਮਝੀ ਬੈਠਾ ਹੈ ਬੰਦਾ ਕਦੋਂ ਰੱਬ ਨੂੰ ਮਿਲੇਗਾ ਜਦੋਂ ਗੁਰੂ ਨੂੰ ਮਿਲ ਜਾਵਾਂਗੇ ਗੁਰੂ ਨੂੰ ਮਿਲਨ ਦਰਸ ਗੁਰੂ ਕੀ ਸ਼ਬਦ ਵਿੱਚ ਸਾਡੀ ਸੁਰਤ ਜੁੜ ਜਾਏਗੀ ਗੁਰੂ ਦਾ ਸ਼ਬਦ ਸਾਡੇ ਜੀਵਨ ਦੇ ਅੰਦਰ ਟਲ ਜਾਏਗਾ ਗੁਰੂ ਕੇ ਸ਼ਬਦ ਅਨਸਾਰ ਸਾਡੀ ਜ਼ਿੰਦਗੀ ਬਤੀਤ ਹੋਣੀ ਸ਼ੁਰੂ ਹੋ ਜਾਏਗੀ ਅਸੀਂ ਤੇ ਰੱਬ ਬਣ ਜਾਵਾਂਗੇ ਰੱਬ ਨੂੰ ਮਿਲਣ ਦੀ ਕਿਉ ਲੋ ਰੱਬ ਹੀ ਬਣ ਜਾਵਾਂਗੇ ਰੱਬ ਨੂੰ ਕਿਤੇ ਲੱਭਣ ਜਾਣ ਦੀ ਲੋੜ ਨਹੀਂ ਹੈ ਗੁਰਬਾਣੀ ਤੁਹਾਨੂੰ ਰੱਬ ਬਣਾਉਂਦੀ ਹੈ ਰੱਬ ਬਣਨੇ ਰੱਬ ਕਦੋਂ ਬਣਾਂਗੇ ਜਦੋਂ ਗੁਰੂ ਕੀ ਪਵਿੱਤਰ ਬਾਣੀ ਅਨੁਸਾਰ ਅਸੀਂ ਜੀਵਣਾ ਸ਼ੁਰੂ ਕਰ ਦਿੱਤਾ ਵੈਰ ਤੋਂ ਰਹਿਤ ਹੋ ਗਏ ਈਰਖਾ ਤੋਂ ਰਹਿਤ ਹੋ ਗਏ ਲਾਲਚ ਤੋਂ ਰਹਿਤ ਹੋ ਗਏ ਬੇਈਮਾਨੀ ਤੋਂ ਰਹਿਤ ਹੋ ਗਏ ਔਰ ਚਿੰਤਾ ਤੋਂ ਰਹਿਤ ਹੋ ਗਏ ਦੁਨੀਆ ਕਹੇਗੀ ਤੇ ਬੰਦਾ ਰੱਬ ਦਾ ਹੀ ਰੂਪ ਹੈ ਇਹ ਤਾਂ ਬੰਦਾ ਰੱਬ ਵਰਗ ਹੈ ਇਸ ਕਰਕੇ ਗੁਰਬਾਣੀ ਕਹਿੰਦੀ ਜਦੋਂ ਤੁਸੀਂ ਗੁਰੂ ਕੇ ਹੁਕਮ ਨੂੰ ਪਛਾਣ ਲਓਗੇ ਤੁਹਾਨੂੰ ਰੱਬ ਦੇ ਹੁਕਮ ਦਾ ਪਤਾ ਲੱਗੇਗਾ ਫਿਰ ਕੀ ਹੋਏਗਾ ਹੁਕਮ ਬੂਝੇ ਤਾਂ ਇੱਕੋ ਜਾਣੇ ਰੱਬੀ ਹੁਕਮ ਨੂੰ ਜਦੋਂ ਤੁਸੀਂ ਸਮਝ ਲਓਗੇ ਫਿਰ ਤੁਹਾਨੂੰ ਇੱਕ ਪਰਮਾਤਮਾ ਦਾ ਪਤਾ ਲੱਗੇਗਾ ਕਿ ਸਾਰੇ ਥਾਵਾਂ ਤੇ ਪਰਮਾਤਮਾ ਹੀ ਹੈ ਜਿੰਨਾ ਚਿਰ ਹੁਕਮ ਦਾ ਨਹੀਂ ਪਤਾ ਹੁੰਦਾ ਹੰਕਾਰ ਚ ਹੁੰਦਾ ਹੈ ਬੰਦਾ ਹੰਕਾਰ ਚ ਰਹਿਣ ਵਾਲਾ ਕਹੇਗਾ ਘਰ ਮੇਰਾ ਹੈ ਪਰਿਵਾਰ ਮੇਰਾ ਹੈ ਦੌਲਤ ਮੇਰੀ ਮੈਂ ਬੜਾ ਸਿਆਣਾ ਹਾਂ ਮੈਂ ਬੜਾ ਧਰਮੀ ਹਾਂ ਹੰਕਾਰ ਚ ਹੀ ਕੁਝ ਮੈਂ ਮੈਂ ਹੀ ਹੁੰਦਾ ਹੈ ਪਰ ਜਦੋਂ ਹੰਕਾਰ ਮਿਟ ਗਿਆ ਫਿਰ ਬੰਦਾ ਕਹਿੰਦਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਫਿਰ ਕਹਿੰਦਾ ਘਰ ਬਾਹਰ ਤੇਰਾ ਪ੍ਰਵਾਸਾ ਫਿਰ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਠਾਈ ਤਾਂਪੋ ਕੇ ਹਕ ਕਾੜਾ ਜਿਓ ਫਿਰ ਤੇ ਮਨੁੱਖ ਨੂੰ ਹਰ ਚੀਜ਼ ਵਿੱਚੋਂ ਹੀ ਪਰਮਾਤਮਾ ਨਜ਼ਰ ਆਉਂਦੇ ਨੇ ਮਾਂ ਪਿਓ ਚ ਪਰਮਾਤਮਾ ਭੈਣਾ ਭਰਾਵਾਂ ਚ ਪਰਮਾਤਮਾ ਜਦੋਂ ਸਾਰੇ ਥਾਵਾਂ ਤੋਂ ਪਰਮਾਤਮਾ ਹੀ ਨਜ਼ਰ ਆ ਗਿਆ ਫਿਰ ਮੰਨਦਾ ਕਿਸ ਨੂੰ ਆਖੀ ਜਾਂ ਤਿਸ ਬਿਨ ਕੋਈ ਨਹੀਂ ਫਿਰ ਝਗੜਾ ਕਾਹਦਾ ਰਹਿ ਗਿਆ ਜਦੋਂ ਰੱਬ ਤੋਂ ਬਿਨਾ ਹੀ ਕੁਝ ਨਹੀਂ ਹੈ ਜਦੋਂ ਸਾਰਿਆਂ ਦੇ ਹਿਰਦੇ ਚ ਰੱਬ ਬੋਲ ਰਿਹਾ ਸਾਰੇ ਥਾਵਾਂ ਤੇ ਰੱਬ ਬੈਠਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਫਿਰ ਨਾ ਕੋ ਵੈਰੀ ਨਹੀਂ ਬਗਾਨਾ ਫਿਰ ਕੋਈ ਵੈਰੀ ਨਹੀਂ ਹੈ ਕੋਈ ਬਗਾਨਾ ਨਹੀਂ ਹੈ ਫਿਰ ਤਾਂ ਆਨੰਦ ਬਣ ਗਿਆ ਨਾ ਜ਼ਿੰਦਗੀ ਚ ਆਨੰਦ ਤਾਂ ਸਿਰ ਰੱਬ ਨੇ ਦਿੱਤਾ ਹੈ ਆਨੰਦ ਮਿਟਦਾ ਕਦੋਂ ਹੈ ਇਹ ਮੇਰਾ ਦੁਸ਼ਮਣ ਹੈ ਜੀ ਇਹ ਬਗਾਨਾ ਹੈ ਜੀ ਇਹ ਮੇਰਾ ਨਹੀਂ ਹੈ ਇਹ ਬਗਾਨਾ ਹੈ ਆ ਦ્વੈਤ ਤੋਂ ਜਾਂ ਈਰਖਾ ਤੋਂ ਮੇਰ ਤੇਰ ਤੋਂ ਸਾਡਾ ਆਨੰਦ ਖਤਮ ਹੋ ਜਾਂਦਾ ਹੈ ਬੜੇ ਅਸੀਂ ਚਾਹ ਚ ਬੈਠੇ ਹੁੰਦੇ ਆ ਬੜੀਆਂ ਚੰਗੀਆਂ ਗੱਲਾਂ ਬਾਤਾਂ ਕਰਦੇ ਖੁਸ਼ੀ ਹੁੰਦੀ ਇਹਨੂੰ ਕਿਸੇ ਨੂੰ ਕੋਈ ਬੰਦਾ ਇਹੋ ਜਿਹਾ ਆ ਜਾਂਦਾ ਕਿ ਜਿਹਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਨਹੀਂ ਜਿਹਨੂੰ ਅਸੀਂ ਆਪਣਾ ਹੀ ਨਹੀਂ ਸਮਝਦੇ ਅਸੀਂ ਵਿਰੋਧੀ ਗਿਣਦੇ ਆ ਉਹ ਸਾਡੀ ਖੁਸ਼ੀ ਇਕਦਮ ਢਹਿਟੇਰੀ ਹੋ ਜਾਂਦੀ ਹੈ ਗੱਲਾਂ ਬਾਤਾਂ ਕਰਦੇ ਕਿਨੇ ਆ ਗਏ ਨੇ ਮੂੜ ਹੀ ਖਰਾਬ ਕਰਤਾ ਵਾਵਾ ਵਧੀਆ ਬੈਠੇ ਸੀ ਮੂੜ ਹੀ ਖਰਾਬ ਸਾਡਾ ਮੂੜ ਥੇੜਾ ਨਾ ਕਿਸੇ ਬੰਦੇ ਦੇ ਹੋਣ ਨਾਲ ਖਰਾਬ ਹੋ ਜਾਂਦਾ ਹੈ ਅਸੀਂ ਬਹੁਤ ਵਧੀਆ ਬੈਠੇ ਆ ਕਿਸੇ ਨੇ ਕੋਈ ਖਬਰ ਸੁਣਾਤੀ ਬੈਠੇ ਬੈਠੇ ਚੰਗਾ ਬਲਾਸੀਆ ਖਬਰੀ ਇਹੋ ਜੀ ਆ ਗਈ ਹੁਣ ਤੇ ਖੁਸ਼ੀ ਖਤਮ ਹੋ ਗਈ ਹੈ ਵਾਜੇ ਕਾ ਜੇ ਵੱਜਦੇ ਇਕਦਮ ਬੰਦ ਹੋ ਜਾਂਦੇ ਨੇ ਉਹਦਾ ਮਤਲਬ ਇਹ ਹੈ ਕਿ ਅਸੀਂ ਬਾਹਰਲੇ ਪ੍ਰਭਾਵ ਵਿੱਚ ਜਿਉ ਰਹੇ ਆ ਸਾਡਾ ਰਿਮੋਟ ਜਿਹੜਾ ਸੀ ਨਾ ਉਹ ਖੁਸ਼ੀ ਦਾ ਦੂਜਿਆਂ ਦੇ ਹੱਥ ਵਿੱਚ ਲੱਗਿਆ ਗਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਰੱਬ ਦੇ ਹੁਕਮ ਦਾ ਪਤਾ ਲੱਗ ਜਾਏ ਫਿਰ ਦੁੱਖ ਨਹੀਂ ਸਭ ਸੁਖੀ ਹੈ ਰੇ ਇਹ ਕਹਿ ਇੱਕੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤੈ ਫਿਰ ਕਹਿੰਦਾ ਬੁਰਾ ਹੈ ਹੀ ਕੋਈ ਨਹੀਂ ਸਭ ਭਲਾ ਹੀ ਹੈ ਜ਼ਿੰਦਗੀ ਚ ਹਾਰ ਨਾ ਦੀ ਚੀਜ਼ ਨਹੀਂ ਮਨੁੱਖ ਦੀ ਜ਼ਿੰਦਗੀ ਚ ਰਹਿੰਦੀ ਹਾਰ ਹੈ ਹੀ ਨਹੀਂ ਹੈ ਜ਼ਿੰਦਗੀ ਚ ਜਿਹਨੂੰ ਆਪਾਂ ਹਾਰ ਕੇ ਨੇ ਹਾਰ ਨਹੀਂ ਹੈ ਦਰਸਲੇ ਤੇ ਤਜਰਬੇ ਨੇ ਜ਼ਿੰਦਗੀ ਦੇ ਤਜਰਬੇ ਬੜਾ ਸੋਹਣਾ ਮਿਸਟਰ ਕਲਾਮ ਨੇ ਇੱਕ ਬਚਨ ਕਿਹਾ ਫੇਲ ਫੇਲ ਦਾ ਅਰਥ ਕੀ ਹੈ ਫਸਟ ਅਟੈਂਪਟ ਇਨ ਲਰਨਿੰਗ ਫੇਲ ਨਹੀਂ ਬੰਦਾ ਜ਼ਿੰਦਗੀ ਚ ਕਦੀ ਹੁੰਦਾ ਇਸ ਕਰਕੇ ਉਥੇ ਹਾਰ ਦੀ ਚੀਜ਼ ਰਹਿ ਹੀ ਨਹੀਂ ਜਾਂਦੀ ਬੰਦਾ ਨਿੱਕ ਨਿੱਕੀ ਗੱਲ ਨੂੰ ਹਾਰ ਸਮਝ ਕੇ ਦੁਖੀ ਹੋ ਜਾਂਦਾ ਮੈਂ ਹਾਰ ਗਿਆ ਮੈਂ ਫੇਲ ਹੋ ਗਿਆ ਮੈਂ ਸਫਲ ਨਹੀਂ ਹੋ ਸਕਿਆ ਇਹੀ ਹੈ ਸਾਡੀ ਜ਼ਿੰਦਗੀ ਦਾ ਨਿਰਾਸ਼ਾ ਪਰ ਜਦੋਂ ਮਨੁੱਖ ਨੂੰ ਪਤਾ ਲੱਗੇ ਰੱਬ ਦੇ ਹੁਕਮ ਦਾ ਫਿਰ ਉਹ ਹਾਰ ਨਹੀਂ ਸਮਝਦਾ ਹਾਰ ਮੰਨਦਾ ਹੀ ਨਹੀਂ ਉਹ ਹਰ ਜ਼ਿੰਦਗੀ 'ਚ ਹਾਰਦਾ ਹੀ ਨਹੀਂ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਜੇ ਤੁਸੀਂ ਹਾਰ ਮੰਨਦੇ ਨਹੀਂ ਤਾਂ ਤੁਸੀਂ ਜਦੋਂ ਮੰਨ ਲਈ ਤੇ ਫਿਰ ਤੁਹਾਨੂੰ ਜਿਤਾ ਕੋਈ ਨਹੀਂ ਸਕਦਾ ਜਿੰਨੀ ਮਰਜੀ ਫੌਜ ਹੈ ਜੇ ਤੁਸੀਂ ਹਾਰ ਮੰਨ ਲਈ ਤੇ ਤੁਹਾਨੂੰ ਜਿਤਾ ਕੋਈ ਨਹੀਂ ਸਕਦਾ ਕਿਸੇ ਸਾਧਨ ਨੇ ਨਹੀਂ ਜਿਤਾਉਣਾ ਪਰ ਜੇ ਤੁਸੀਂ ਹਾਰ ਨਹੀਂ ਮੰਨੋਗੇ ਤੇ ਤੁਹਾਨੂੰ ਹਰਾ ਹੀ ਕੋਈ ਨਹੀਂ ਸਕਦਾ ਅਸੀਂ ਹਾਰਨ ਲਈ ਨਹੀਂ ਆਏ ਅਸੀਂ ਜ਼ਿੰਦਗੀ ਨੂੰ ਜਿੱਤਣ ਲਈ ਆਏ ਹਾਂ ਇਹ ਨਕੀਆਂ ਨਕੀਆਂ ਜਿਹੜੀਆਂ ਸਾਡੀ ਜ਼ਿੰਦਗੀ 'ਚ ਆ ਸਫਲਤਾਵਾਂ ਨੇ ਜਾਂ ਜਿੱਥੇ ਅਸੀਂ ਜ਼ਿੰਦਗੀ 'ਚ ਫੇਲ ਹੁੰਨੇ ਆ ਜੇ ਤੁਸੀਂ ਇਹਨਾਂ ਨੂੰ ਪ੍ਰਮਾਨ ਕਰਨਾ ਸ਼ੁਰੂ ਕਰ ਲਿਆ ਤੁਸੀਂ ਜ਼ਿੰਦਗੀ 'ਚ ਹੀ ਫੇਲ ਹੋ ਜਾਓਗੇ ਜ਼ਿੰਦਗੀ 'ਚ ਫੇਲ ਹੋ ਜਾਓਗੇ ਨਿਕਨੇ ਨਿਕੀ ਇਮਤਿਹਾਨਾਂ 'ਚ ਹਾਰ ਨੂੰ ਪ੍ਰਵਾਨ ਨਾ ਕਰੋ ਆਪਣੇ ਆਪ ਨੂੰ ਜੇਤੂ ਸਮਝੋ ਯਤਨ ਨਾ ਛੱਡੋ ਜੇ ਤੁਸੀਂ ਨਿਕੀਆਂ ਨਿਕੀਆਂ ਗੱਲਾਂ 'ਚ ਹਾਰ ਨੂੰ ਨਾ ਪ੍ਰਵਾਨ ਕੀਤਾ ਆਪਣੇ ਆਪ ਨੂੰ ਜੇਤੂ ਸਮਝਦੇ ਰਹੇ ਤੇ ਜ਼ਿੰਦਗੀ ਨੂੰ ਜਿੱਤ ਜਾਓਗੇ ਜ਼ਿੰਦਗੀ ਸਫਲ ਹੋ ਜਾਏਗੀ ਨਿਕੀਆਂ ਨਿਕੀਆਂ ਗੱਲਾਂ ਹੀ ਤੇ ਮਨੁੱਖ ਨੂੰ ਮਹਾਨ ਬਣਾਉਂਦੀਆਂ ਨਿਕੀਆਂ ਨਿਕੀਆਂ ਬੂੰਦਾਂ ਤਲਾ ਨੂੰ ਭਰ ਦਿੰਦੀਆਂ ਨੇ ਨਿਕੀਆਂ ਨਿਕੀਆਂ ਜਿੱਤਾਂ ਮਨੁੱਖ ਨੂੰ ਵੱਡੇ ਜੇਤੂ ਬਣਾ ਦਿੰਦੀਆਂ ਨੇ ਨਿਕੀਆਂ ਨਿਕੀਆਂ ਹੀ ਹਾਰਾਂ ਮਨੁੱਖ ਨੂੰ ਜ਼ਿੰਦਗੀ ਵਿੱਚ ਹਾਰ ਪੈਦਾ ਕਰ ਦਿੰਦੀਆਂ ਨੇ ਇਸ ਕਰਕੇ ਹਾਰ ਨਹੀਂ ਸਭ ਜਿੱਤ ਹੈ ਜਿਸ ਮਨੁੱਖ ਨੂੰ ਰੱਬੀ ਰਜ਼ਾ ਦਾ ਪਤਾ ਲੱਗ ਜਾਂਦਾ ਹੈ ਕਹਿੰਦਾ ਕੋ ਹਾਰ ਨਹੀਂ ਜ਼ਿੰਦਗੀ ਚ ਤੇ ਜਿੱਤ ਹੈ ਸਾਡੀ ਇਸ ਕਰਕੇ ਜਿੱਤਣਾ ਤੁਹਾਡੀ ਸੋਚ ਤੇ ਮਨ ਉੱਪਰ ਕਰਦਾ ਹੈ ਸਤਗੁਰੂ ਸਾਹਿਬ ਜੀ ਕਹਿੰਦੇ ਜਿਸ ਮਨੁੱਖ ਨੇ ਹੁਕਮ ਨੂੰ ਪਛਾਣ ਲਿਆ ਉਹ ਕਹਿੰਦਾ ਕੋਈ ਦੁੱਖ ਨਹੀਂ ਹੈ ਕੋਈ ਬਗਾਨਾ ਨਹੀਂ ਹੈ ਸਾਰੇ ਆਪਣੇ ਨੇ ਕੋਈ ਹਾਰ ਨਹੀਂ ਹੈ ਸਾਰੀ ਜਿੱਤੀ ਹੈ ਉਹ ਹਰ ਚੀਜ਼ ਦੇ ਵਿੱਚ ਉੱਚੀ ਸੋਚ ਰੱਖਦਾ ਹੈ ਕਹਤ ਨਾਨਕ ਹਉ ਮੈਂ ਕਹਿ ਨਾ ਕੋਏ ਇਹ ਨਾਨਕ ਜੀ ਜਿਨੇ ਹੁਕਮ ਨੂੰ ਸਮਝ ਲਿਆ ਉਹ ਕਦੀ ਹੰਕਾਰ ਦੀ ਗੱਲ ਨਹੀਂ ਕਰਦਾ ਉਹ ਤੇ ਹਰ ਚੀਜ਼ ਕਹੇਗਾ ਕਿ ਸਭ ਕੁਝ ਪ੍ਰਮਾਤਮਾ ਦਾ ਦਿੱਤਾ ਹੀ ਹੈ ਮੇਰਾ ਨਹੀਂ ਹੈ ਹੰਕਾਰ ਵਿੱਚ ਮਨੁੱਖ ਦੂਜਿਆਂ ਦੀ ਚੀਜ਼ ਨੂੰ ਵੀ ਆਪਣਾ ਬਣਾਉਣਾ ਚਾਹੁੰਦਾ ਹੈ ਹੰਕਾਰ ਜਿਹੜਾ ਹੈ ਦੂਜਿਆਂ ਦਾ ਖੋਹ ਕੇ ਆਪਣੇ ਘਰ ਚ ਲਿਆਉਣਾ ਚਾਹੁੰਦਾ ਹੈ ਤੇ ਜਦੋਂ ਜ਼ਿੰਦਗੀ ਦੇ ਅੰਦਰ ਅਹੰਕਾਰ ਮਿਟ ਜੇ ਪਿਆਰ ਆ ਜਾਏ ਪਿਆਰ ਵਾਲਾ ਤੇ ਆਪਣਾ ਵੀ ਦੂਜਿਆਂ ਨੂੰ ਵੰਡਣਾ ਚਾਹੁੰਦਾ ਹੈ ਪਿਆਰ ਵਾਲਾ ਹੀ ਹੈ ਜਿਹੜਾ ਦੂਜਿਆਂ 'ਚ ਸਭ ਕੁਝ ਵੰਡਣਾ ਚਾਹੁੰਦਾ ਹੈ ਹੰਕਾਰ ਵਾਲਾ ਦੂਜਿਆਂ ਕੋਲੋਂ ਖੋਣਾ ਚਾਹੁੰਦਾ ਹੈ ਇਸ ਕਰਕੇ ਅਹੰਕਾਰੀ ਬੰਦਾ ਜਿਹੜਾ ਹੈ ਉਹ ਸਭ ਕੁਝ ਨੂੰ ਆਪਣਾ ਗਿਣਦਾ ਹੈ ਜ਼ਿੰਦਗੀ 'ਚ ਮੈਂ ਮੈਂ ਕਰਦਾ ਜ਼ਿੰਦਗੀ ਆਪਣੀ ਖਰਾਬ ਕਰ ਜਾਂਦਾ ਹੈ ਪਰ ਸਹਿਬ ਕਹਿੰਦੇ ਜਿਹੜਾ ਹੰਕਾਰ ਤੋਂ ਮੁਕਤ ਹੋ ਗਿਆ ਕਹਿਤ ਨਾਨਕ ਹਉਮੈ ਕਹੈ ਨਾ ਕੋਇ ਏ ਨਾਨਕ ਜੀ ਉਹ ਮਨੁੱਖ ਜ਼ਿੰਦਗੀ ਚ ਕਦੀ ਹੰਕਾਰ ਦੀ ਗੱਲ ਨਹੀਂ ਕਰਦਾ ਉਹ ਤੇ ਜਿੱਧਰ ਦੇਖਦਾ ਹੈ ਉਹ ਪਰਮਾਤਮਾ ਦੀ ਦਾਤ ਹੀ ਸਮਝਦਾ ਹੈ ਹਰ ਚੀਜ਼ ਨੂੰ ਉਹ ਕਹਿੰਦੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤੇ ਆਏ ਸਦਾ ਮਨ ਅੰਦਰ ਜੀ ਦੀ ਕਿਰਪਾ ਸਰਕਾਰ ਘਰਾਂ ਚ ਰਹਿ ਰਹੇ ਆ ਜੀ ਦੀ ਕਿਰਪਾ ਸਰਕਾਰ ਸੋਹਣੇ ਪਦਾਰਥ ਵਰਤ ਰਹੇ ਆ ਜਿਸ ਵਾਹਿਗੁਰੂ ਜੀ ਨੇ ਸਾਨੂੰ ਸੋਹਣਾ ਪਰਿਵਾਰ ਦਿੱਤਾ ਧੀਆ ਪੁੱਤਰ ਦਿੱਤੇ ਨੇ ਬੱਚੇ ਦਿੱਤੇ ਨੇ ਕਾਰੋਬਾਰ ਦਿੱਤੇ ਨੇ ਇਹ ਸਭ ਕੁਝ ਵਾਹਿਗੁਰੂ ਜੀ ਦਾ ਸਮਝਦਾ ਹੈ ਉਹ ਜਦੋਂ ਸਭ ਕੁਝ ਵਾਏ ਗੁਰਜੀ ਦਾ ਆ ਗਿਆ ਤੇ ਅੰਦਰੋਂ ਤੇ ਮੌਲੀਏ ਰਹੇਗਾ ਨਾ ਬੰਦਾ ਅੰਦਰ ਤੇ ਉਦਾਸੀ ਆਏਗੀ ਨਹੀਂ ਥੋੜੀ ਥੋੜੀ ਗਰਮ ਹਵਾ ਵਗੇ ਤੇ ਉਹ ਬਨਸਪਤੀ ਜਿਹੜੀ ਹੈ ਨਾ ਕੁਮਲਾਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਗਰਮ ਹਵਾ ਲੱਗਣ ਦੇ ਨਾਲ ਠੰਡੀ ਹਵਾ ਦੇ ਨਾਲ ਮੌਲਦੀ ਹੈ ਤੁਹਾਡੇ ਅੰਦਰ ਛੋਟੇ ਛੋਟੇ ਵੀ ਉਦਾਸੀਆਂ ਆਉਣ ਲੱਗ ਪੀਆਂ ਤੇ ਤੁਹਾਡੇ ਅੰਦਰ ਦਾ ਖੇੜਾ ਖਤਮ ਹੋ ਜਾਏਗਾ ਸਤਗੁਰੂ ਜੀ ਦੀ ਸੰਗਤ ਚਾਉਣ ਦਾ ਕੀ ਅਰਥ ਹੈ ਸਤਗੁਰੂ ਜੀ ਨੇ ਕਿਹਾ ਸੀ ਜਿਵੇਂ ਬਸੰਤ ਆਈ ਤੇ ਬਨਸਪਤੀ ਮੌਲਦੀ ਹੈ ਗੁਰੂ ਦੀ ਸੰਗਤ ਵਿੱਚ ਆਓਗੇ ਤੁਹਾਡਾ ਮਨ ਮੌਲੇਗਾ ਗੁਰੂ ਦੀ ਸੰਗਤ ਵਿੱਚ ਆ ਕੇ ਸਾਨੂੰ ਪਰਮਾਤਮਾ ਦੀ ਸਿਵਤ ਸਲਾ ਸੁਣ ਦਾ ਸੁਭਾਗ ਮਿਲਦਾ ਹੈ ਗੁਰੂ ਦੀ ਸੰਗਤ ਵਿੱਚ ਆ ਕੇ ਸਾਨੂੰ ਗੁਰਮਖਾਂ ਦੀ ਸੰਗਤ ਵਿੱਚ ਬੈਠਣ ਦਾ ਸੁਭਾਗ ਮਿਲਦਾ ਹੈ ਗੁਰੂ ਕੇ ਬਚਨ ਸੁਣਨ ਦਾ ਸੁਭਾਗ ਮਿਲਦਾ ਹੈ ਸਾਡਾ ਮਨ ਸਹਜ ਸਹਜ ਮੌਲ ਦਾ ਪਰਫੁੱਲਤ ਹੁੰਦਾ ਹੈ ਸਤਗੁਰੂ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰੂ ਕਾ ਪਿਆਰ ਵੱਸ ਗਿਆ ਉਹ ਫਿਰ ਹੰਕਾਰ ਨਹੀਂ ਕਰਦੇ ਆਖਣ ਵੇਖਣ ਸਭ ਸਾਹਿਬ ਤੇ ਹੋਏ ਉਹਦੇ ਕਹਿੰਦੇ ਜੋ ਕੁਝ ਦੇਖ ਰੇ ਵਾਹੀ ਗੁਰੂ ਜੀ ਦੀ ਕਿਰਪਾ ਸਦਕਈ ਹੈ ਤੇ ਜੋ ਕੁਝ ਦੇਖ ਰੇ ਵੀ ਵਾਹੀ ਗੁਰੂ ਜੀ ਦੀ ਹੈ ਸਾਰੇ ਥਾਵਾਂ ਤੇ ਪ੍ਰਮਾਤਮਾ ਬੈਠਾ ਹੋਇਆ ਹੈ ਉਹਨਾਂ ਨੂੰ ਕੁਦਰਤ ਵਿੱਚੋਂ ਹਰ ਚੀਜ਼ ਵਿੱਚੋਂ ਪਰਮਾਤਮਾ ਨਜ਼ਰ ਆਉਂਦਾ ਹੈ ਜਲthr ਮੈਲ ਪੂਰਿਆ ਸੁਆਮੀ ਸਿਰਜਣਹਾਰ ਉਹ ਪਰਮਾਤਮਾ ਸਾਰੇ ਥਾਵਾਂ ਤੇ ਰਮੇ ਹੋਇਆ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਮੁਖ ਵਾਕ ਦੀ ਅਰੰਭਤਾ ਇੱਥੋਂ ਸ਼ੁਰੂ ਕੀਤੀ ਤੂੰ ਸਾਚ ਤੇ ਆਵੋ ਮੁਗਧ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਉਹ ਮਨਾ ਮੂਰਖਾ ਸੱਚ ਦਾ ਸਿਮਰਨ ਕਰ ਜੇ ਤੂੰ ਸੁਖੀ ਹੋਣਾ ਸਦਾ ਸੁਖ ਮਿਲ ਜਾਏਗਾ ਤੈਨੂੰ ਪਰ ਮਨ ਕਹਿੰਦਾ ਕਿ ਮੈਂ ਜੁੜਾਂ ਕਿਵੇਂ ਪ੍ਰਮਾਤਮਾ ਦੇ ਪਿਆਰ ਚ ਮਨ ਨੂੰ ਹੀ ਤੇ ਪ੍ਰਮਾਤਮਾ ਦੀ ਪਿਆਰ ਜੋੜਨਾ ਔਖਾ ਹੈ ਨਾ ਸਤਿਗੁਰੂ ਜੀ ਕਹਿੰਦੇ ਫਿਰ ਗੁਰੂ ਕੀ ਸੰਗਤ ਵਿੱਚ ਆ ਜਾ ਦੇਖ ਜਿਵੇਂ ਬਨਸਪਤੀ ਬਸੰਤ ਆਉਣ ਤੇ ਮੌਲਦੀ ਹੈ ਮਨ ਤੇਰਾ ਤਾਂ ਮੌਲੇਗਾ ਜੇ ਤੂੰ ਗੁਰੂ ਕੀ ਸੰਗਤ ਵਿੱਚ ਆਏਂਗਾ ਸਤ ਸੰਗਤ ਨਾਲ ਪਿਆਰ ਪਾ ਗੁਰੂ ਕੀ ਬਾਣੀ ਨਾਲ ਪਿਆਰ ਪਾ ਮਨ ਦੀ ਸੰਗਤ ਇਹ ਹੈ ਗੁਰੂ ਦੀ ਕਿ ਮਨ ਗੁਰੂ ਕੇ ਸ਼ਬਦ ਦੇ ਨਾਲ ਜੁੜ ਜਾਏ ਤਨ ਕਰਕੇ ਆਪਾਂ ਗੁਰੂ ਕੀ ਹਜ਼ੂਰੀ 'ਚ ਬੈਠੇ ਆਂ ਮਾਨੁ ਗੁਰੂ ਕੇ ਸ਼ਬਦ ਨਾਲ ਜੁੜ ਜਹੇ ਸਮਝੋ ਮਨ ਸਤ ਸੰਗਤ ਵਿੱਚ ਆ ਗਿਆ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕਿਹਾ ਕਬਹੁ ਸਾਧ ਸੰਗਤਿ ਪਾਵੈ ਉਸ ਸਥਾਨ ਤੇ ਬਹੁ ਰਣਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬినాਸ਼ ਕਿਤੇ ਸਾਡਾ ਮਨ ਸਤ ਸੰਗਤ ਵਿੱਚ ਆ ਜਾਏ ਕਿਤੇ ਤਾਂ ਕਿਹਾ ਕਿ ਹਰ ਵੇਲੇ ਨਹੀਂ ਸੰਗਤ ਚ ਰਹਿੰਦਾ ਸੰਗਤ ਚ ਬੈਠਿਆਂ ਵੀ ਸੰਗਤ ਚ ਨਹੀਂ ਰਹਿੰਦਾ ਉਹ ਜਿਹੜੀ ਗੱਲ ਸਤਗੁਰੂ ਜੀ ਨੇ ਕਹੀ ਸੀ ਨਾ ਸੁਲਤਾਨਪੁਰ ਚ ਨਵਾਬ ਨੂੰ ਕਿ ਤੂੰ ਪੜਦਾ ਨਮਾਜ਼ ਤੇ ਮੰਨ ਤੇ ਤੇਰਾ ਕਾਬਲ ਖੰਧਾਰ ਫੇਰੇਆ ਘੋੜੇ ਖਰੀਦ ਰਿਹਾ ਕਾਜ ਨੂੰ ਕਹਿੰਦੇ ਮੰਨ ਤੇ ਖਰਚ ਤੁਰਿਆ ਫਿਰਦਾ ਹੈ ਘੋੜੀ ਨੂੰ ਸੰਭਾਲ ਰਿਹਾ ਬਿਲਕੁਲ ਇਦਾਂ ਸਾਡਾ ਮਨ ਵੀ ਜਿਹੜਾ ਹੈ ਨਾ ਇਧਰ ਉਧਰ ਭੱਜਾ ਫਿਰਦਾ ਹੈ ਜਦੋਂ ਮਨ ਸਤ ਸੰਗਤ ਵਿੱਚ ਆ ਗਿਆ ਉਦੋਂ ਮਨ ਖਿੜ ਜਾਏਗਾ ਮਨ ਸਤ ਸੰਗਤ ਵਿੱਚ ਜਦੋਂ ਆ ਗਿਆ ਤੇ ਫਿਰ ਮੁੜ ਕੇ ਬਾਹਰ ਕਿਤੇ ਜਾਏਗਾ ਹੀ ਨਹੀਂ ਜਿਹੜਾ ਸਤਗੁਰੂ ਜੀ ਨੇ ਕਿਹਾ ਜਦੋਂ ਗੁਰੂ ਘਰ ਆਉਣਾ ਨਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਵੇਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਭਾ ਵੇਸਾਏ ਮਨ ਨੂੰ ਨਾਮ ਦੇ ਸੰਗੀ ਬਣਾਓ ਜੋੜੀ ਬਣਾਓ ਸਤਗੁਰੂ ਜੀ ਕਹਿੰਦੇ ਜਦੋਂ ਮਨ ਜੁੜ ਗਿਆ ਫਿਰ ਕੀ ਹੋਏਗਾ ਮਨ ਮੌਲੇਗਾ ਜਿਵੇਂ ਬੂਟੇ ਨੂੰ ਪਾਣੀ ਪਾਓ ਤੇ ਬੂਟਾ ਮੌਲਦਾ ਹੈ ਮਨ ਨੂੰ ਬਾਣੀ ਦੀ ਖੁਰਾਕ ਮਿਲੇਗੀ ਮਨ ਬਾਣੀ ਨਾਲ ਜੁੜੇਗਾ ਮਨ ਮੌਲੇਗਾ ਜਿਉਂ-ਜਿਉਂ ਮਨ ਨੂੰ ਬਾਣੀ ਦੀ ਸਮਝ ਪੈਗੀ ਬਾਣੀ ਨੂੰ ਪਿਆਰ ਨਾਲ ਸਮਝ ਕੇ ਪੜ ਕੇ ਦੇਖੋ ਜਿੱਥੇ-ਜਿੱਥੇ ਮਨ ਬਾਣੀ 'ਚ ਜੁੜਦਾ ਜਾਏਗਾ ਉਨਾ ਹੀ ਪ੍ਰਸੰਨ ਹੁੰਦਾ ਚੱਲਿਆ ਜਾਏਗਾ ਉਨਾ ਹੀ ਅੰਦਰ ਚਾਹ ਖੇੜਾ ਪੈਦਾ ਹੁੰਦਾ ਜਾਏਗਾ ਉਹ ਜਿਹੜਾ ਚਾਹ ਹੈ ਉਹ ਫਿਰ ਸਾਨੂੰ ਪ੍ਰਮਾਤਮਾ ਦੇ ਪਿਆਰ ਵਿੱਚ ਜੋੜਦਾ ਹੈ ਸਾਡੇ ਅੰਦਰ ਉਤਸ਼ਾਹ ਪੈਦਾ ਕਰਦਾ ਹੈ ਜਦੋਂ ਹਰ ਵੇਲੇ ਅਸੀਂ ਉਸ ਚਾਹ ਵਿੱਚ ਰਹੇ ਤੇ ਉਹ ਬਣ ਜਾਂਦਾ ਹੈ ਆਨੰਦ ਜਿਵੇਂ ਬੂਟਾ ਮੌਲ ਦਾ ਜਾਏ ਮੌਲ ਦਾ ਜਾਏ ਉਹਨੂੰ ਫਲ ਲੱਗ ਜਾਂਦੇ ਨੇ ਸਾਡਾ ਮਨ ਵੀ ਮੌਲਦਾ ਰਹੇ ਮੌਲਦਾ ਰਹੇ ਖੁਸ਼ ਹੁੰਦਾ ਰਹੇ ਤੇ ਇਹਨੂੰ ਫਲ ਲੱਗੇਗਾ ਫਲ ਕਾਦਾ ਲੱਗੇਗਾ ਨਾਮ ਗੋਬਿੰਦ ਪਰਮਾਤਮਾ ਦੇ ਨਾਮ ਦਾ ਫਲ ਨਾਮ ਕੋਈ ਵਾਹਿਗੁਰੂ ਵਾਹਿਗੁਰੂ ਕਹਿਣ ਵਾਲੀ ਨਹੀਂ ਮਿਲ ਗਿਆ ਨਾਮ ਤੇ ਉਦੋਂ ਮਿਲੇਗਾ ਜਦੋਂ ਅੰਦਰੋਂ ਪ੍ਰਗਟ ਹੋ ਜਾਏਗਾ ਜਿਹੜਾ ਸਾਡੇ ਅੰਦਰ ਵਸਿਆ ਹੋਇਆ ਹੈ ਪਰ ਅੰਦਰ ਜਿਹੜਾ ਨਾਮ ਵਸਿਆ ਉਹ ਤਾਂ ਮਿਲੇਗਾ ਜੇ ਸਾਡਾ ਮਨ ਮੋਹਲੇਗਾ ਪਹਿਲਾਂ ਮਨ ਪਰਫੁੱਲਤ ਹੋਏਗਾ ਮਨ ਦੇ ਪਰਫੁੱਲਤ ਹੋਣ ਤੋਂ ਬਾਅਦ ਨਾਮ ਦੀ ਪ੍ਰਾਪਤੀ ਹੋਣੀ ਹੈ ਤੇ ਗੁਰੂ ਕੀ ਬਾਣੀ ਗੁਰੂ ਦਾ ਉਪਦੇਸ਼ ਗੁਰੂ ਦਾ ਮੰਤਰ ਸਾਡੇ ਮਨ ਨੂੰ ਪ੍ਰਫੁੱਲਤ ਕਰਨ ਦੇ ਲਈ ਹੈ। ਰੋਜ਼ ਸੰਗਤ ਵਿੱਚ ਆਉਣਾ, ਰੋਜ਼ ਬਾਣੀ ਪੜ੍ਹਨੀ, ਰੋਜ਼ ਅਮਰਤੋੜ ਕੇ ਵਾਹਿਗੁਰੂ ਜੀ ਦੀ ਸ਼ਬਦ ਸਲਾਹ ਵਿੱਚ ਜੁੜਨਾ, ਵਾਹਿਗੁਰੂ ਜੀ ਦਾ ਸਿਮਰਨ ਕਰਨਾ, ਵਾਹਿਗੁਰੂ ਜੀ ਨੂੰ ਚੇਤੇ ਕਰਨਾ। ਸਿਮਰਨ ਕਰਨਾ ਇਸ ਲਈ ਕਿ ਸਾਡੇ ਅੰਦਰ ਨਾਮ ਵਸ ਜਾਏ। ਸਿਮਰਨ ਦਰਸਤੁੰਦੇ ਚੇਤੇ ਕਰਨਾ। ਰੋਜ਼ ਗੁਰਮੰਤਰ ਦੇ ਰਾਹੀਂ ਗੁਰੂ ਕੀ ਬਾਣੀ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ, ਬਾਣੀ ਪੜ੍ਹਨਾ ਨਹੀਂ ਸਿਮਰਨ ਹੈ। ਸਿਮਰਨ ਦਰਸਤੁੰਦੇ ਜਾਦ ਇਹ ਪਰਮ ਹੈ ਕਿ ਕੱਲਾ ਵਾਹਿਗੁਰੂ ਆਏ ਗੁਰੂ ਕੀਤੇ ਹੀ ਸਿਮਰਨ ਹੋਏਗਾ ਤੇ ਬਾਣੀ ਪੜਿਆਂ ਸਿਮਰਨ ਨਹੀਂ ਹੋਏਗਾ ਪਰਮ ਹੈ ਸਿਮਰਨ ਦਾ ਅਰਥ ਉਹਨਾਂ ਚੇਤੇ ਕਰਨਾ ਯਾਦ ਕਰਨਾ ਹੁਣ ਜਦੋਂ ਗੁਰਬਾਣੀ ਪੜਦੇ ਆਂ ਤੇ ਗੁਰਬਾਣੀ ਸਾਨੂੰ ਵਾਰ-ਵਾਰ ਵਾਹਿਗੁਰੂ ਜੀ ਨੂੰ ਹੀ ਚੇਤੇ ਕਰਾਉਂਦੀ ਹੈ ਹਾਂ ਬਾਣੀ ਪੜਦੇ ਆ ਉਹਦੀ ਯਾਦ ਹੈ ਤੇ ਜਦੋਂ ਕੀਰਤ ਕਰਦੇ ਲੋ ਵਾਹਿਗੁਰੂ ਕਰਦੇ ਉਹਦੀ ਯਾਦ ਬਣੀ ਰਹਿੰਦੀ ਮੁੱਖ ਤੋ ਨਾਂ ਵੀ ਬੋਲਾਂਗੇ ਉਹਦੀ ਯਾਦ ਬਣੀ ਰਹਿੰਦੀ ਮਨ ਹਰ ਵੇਲੇ ਉਹਦੇ ਪਿਆਰ ਚ ਜੁੜਿਆ ਰਹਿੰਦਾ ਹੁਣ ਜ਼ਰੂਰੀ ਨਹੀਂ ਹੈ ਇਕਾ ਮਾਂ ਆਪਣੇ ਪੁੱਤਰ ਨੂੰ ਕੋ ਮਾੜਾ ਲੈ ਕੇ ਥੋੜੋ ਜਾਦ ਕਰਦੀ ਹੈ ਉਹਦੇ ਤੇ ਅੰਦਰ ਹੀ ਵੱਸ ਗਿਆ ਉਹਦਾ ਪਿਆਰ ਇੱਕ ਬੱਚਾ ਆਪਣੇ ਮਾਂ ਮਾਪ ਨੂੰ ਕੋ ਮਾੜਾ ਲੈ ਕੇ ਥੋੜੋ ਜਾਦ ਕਰਦਾ ਹੈ ਇਸੇ ਤਰੀਕੇ ਨਾਲ ਜਦੋਂ ਸਾਡਾ ਮਨ ਮੌਲ ਗਿਆ ਨਾ ਉਹ ਮੌਲਿਆ ਹੋਇਆ ਮਨ ਹਰ ਵੇਲੇ ਹੀ ਪ੍ਰਮਾਤਮਾ ਦੇ ਪਿਆਰ ਜੁੜਿਆ ਰਹੇਗਾ ਫਿਰ ਉਹਨੂੰ ਫਲ ਲੱਗੇਗਾ ਅੰਦਰ ਗੋਵਿੰਦ ਦਾ ਨਾਮ ਪ੍ਰਗਟ ਹੋ ਜਾਏਗਾ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਤੇ ਸਾਰੇ ਰੱਬ ਦੀ ਗੱਲ ਕਰਦੇ ਨੇ ਪਰ ਰੱਬ ਨੂੰ ਜਾਣਦੇ ਨਹੀਂ ਸਾਰੇ ਰੱਬ ਨੂੰ ਸਮਝਦੇ ਨਹੀਂ ਸਾਰੇ ਉਹਦਾ ਕਾਰਨ ਹੈ ਕਿ ਲੋਕਾਂ ਨੂੰ ਰੱਬ ਦੇ ਹੁਕਮ ਦਾ ਹੀ ਨਹੀਂ ਪਤਾ ਜੇ ਹੁਕਮ ਦਾ ਪਤਾ ਹੋਏ ਤੇ ਮਾਫ ਕਰਨਾ ਬਹੁਤ ਭੀੜਾਂ ਘਟ ਜਾਣ ਧਰਮ ਸਥਾਨਾਂ ਤੋਂ ਬਹੁਤ ਭੀੜਾਂ ਘਟ ਜਾਣ ਫਿਰ ਭੀੜ ਨਹੀਂ ਰਹੇਗੀ ਫਿਰ ਗਿਆਨਮਾਨ ਇਕੱਠੇ ਹੋਣਗੇ ਜੇ ਹੁਕਮ ਦਾ ਪਤਾ ਲੱਗ ਜਾਏ ਇਸ ਕਰਕੇ ਜਦੋਂ ਹੁਕਮ ਦਾ ਪਤਾ ਲੱਗਦਾ ਮਨੁੱਖ ਸੋਚਦਾ ਕਿ ਜ਼ਿੰਦਗੀ ਹੁਕਮ ਚ ਹੈ ਦੁੱਖ ਸੁੱਖ ਵਾਹੇ ਗੁਰਜੀ ਦੇ ਹੁਕਮ ਚ ਹੈ ਜੋ ਖਾਣਾ ਪੀਣਾ ਹੈ ਮਾਣ ਤਾਣ ਹੈ ਵਢਾਈ ਹੈ ਇਹ ਹੁਕਮ ਦੇ ਅੰਦਰ ਹੈ ਇਹ ਹਉਮੈ ਕਹਿਣਾ ਕੋਈ ਫਿਰ ਕੋ ਬੰਦਾ ਹੋ ਹੰਕਾਰ ਨਹੀਂ ਕਰਦਾ ਹੰਕਾਰ ਹੀ ਦੁੱਖਾਂ ਦਾ ਕਾਰਨ ਹੈ ਥੋੜੀ ਜੀ ਤੱਤੀ ਹਵਾ ਵਗੇ ਬੂਟੇ ਮਰ ਜਾਉਣੇ ਸ਼ੁਰੂ ਹੋ ਜਾਂਦੇ ਥੋੜਾ ਜਿਆ ਹੰਕਾਰ ਆਉਣਾ ਸ਼ੁਰੂ ਹੋ ਜਾਏ ਉਹ ਕਿਸੇ ਵੀ ਚੀਜ਼ ਦਾ ਹੋਵੇ ਭਾਵੇਂ ਧਰਮ ਦਾ ਹੋਵੇ ਉਹ ਮਨੁੱਖ ਦੇ ਅੰਦਰ ਜਿਹੜਾ ਮੌਲਣ ਵਾਲੀ ਅਵਸਥਾ ਨੂੰ ਖਤਮ ਕਰ ਦੈ ਮਨੁੱਖ ਦੇ ਖੇੜੇ ਨੂੰ ਖਤਮ ਕਰ ਦੈ ਜਿੱਥੇ ਖੇੜਾ ਨਹੀਂ ਰਹੇਗਾ ਉੱਥੇ ਰੱਬ ਨਹੀਂ ਰਹੇਗਾ ਉੱਥੇ ਪਰਮਾਤਮਾ ਦਾ ਨਾਮ ਨਹੀਂ ਰਹੇਗਾ ਸੋ 사ਦਗੁਰੂ ਜੀ ਕਹਿੰਦੇ ਜਦੋਂ ਹੰਕਾਰ ਮਿਟ ਗਿਆ ਜਿੱਧਰ ਦੇਖਾਂਗੇ ਸਾਰੇ ਥਾਵਾਂ ਤੇ ਸਾਨੂੰ ਪ੍ਰਮਾਤਮਾ ਹੀ ਪ੍ਰਮਾਤਮਾ ਨਜ਼ਰ ਆਏਗਾ ਹਰ ਗੱਲ ਰੱਬ ਦੀ ਰੂਜਾ ਨਜ਼ਰ ਆਏਗੀ ਹਰ ਮਨੁੱਖ ਚੋਂ ਪ੍ਰਮਾਤਮਾ ਦੇਖਾਂਗੇ ਫਿਰ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਜਾਈ ਲਖਿਆ ਫਿਰ ਆਪਾਂ ਕਵਾਂਗੇ ਕੁਦਰਤ ਕਰਕੇ ਵਸਿਆ ਸੋਏ ਕੁਦਰਤ ਨੂੰ ਬਣਾ ਕੇ ਪ੍ਰਮਾਤਮਾ ਕੁਦਰਤ ਦੇ ਅੰਦਰ ਵਸ ਗਿਆ ਹੈ ਸਤਗੁਰੂ ਸਾਹਿਬ ਜੀ ਮੇਰ ਕਰਨ ਗੁਰੂ ਕੇ ਇਹ ਬਚਨ ਕਿ ਬਨਸਪਤ ਮੌਲੀ ਚੜਿਆ ਬਸੰਤ ਇਹ ਮਨ ਮੌਲਿਆ ਸਤਗੁਰ ਸੰਗ ਮਨ ਗੁਰੂ ਦੀ ਸੰਗਤ ਵਿੱਚ ਹੀ ਮੌਲਣੇ ਗੁਰੂ ਦੀ ਸੰਗਤ ਦੇ ਨਾਲੋਂ ਇਹ ਮਨੁੱਖ ਕਦੀ ਮੌਲ ਟੁੱਟ ਕੇ ਕਦੀ ਮਨੁੱਖ ਮੌਲ ਨਹੀਂ ਸਕਦਾ ਜਿਵੇਂ ਫੁੱਲ ਟੁੱਟ ਜਾਏ ਡਾਲੀ ਨਾਲੋਂ ਕਦੀ ਹਰੀਆ ਨਹੀਂ ਰਹਿ ਸਕਦਾ ਸਤ ਸੰਗਤ ਨਾਲੋਂ ਟੁੱਟ ਕੇ ਅਸੀਂ ਕਦੀ ਮੌਲ ਨਹੀਂ ਸਕਦੇ ਸਾਨੂੰ ਸਾਡੇ ਸਤ ਗੁਰੂ ਜੀ ਨੇ ਦਾਤ ਦਿੱਤੀ ਹੈ ਸਤ ਸੰਗਤ ਦੀ ਕਿ ਜ਼ਿੰਦਗੀ ਦਾ ਆਨੰਦ ਮਾਣਣਾ ਤੇ ਸਤ ਸੰਗਤ ਨਾਲ ਸਾਂਝ ਪਾਓ ਸੰਗਤ ਨਾਲ ਜਦੋਂ ਸਾਂਝ ਬਣ ਗਈ ਅੰਦਰੋਂ ਗਿਆਨਮਨ ਹੋ ਗਏ ਫਿਰ ਜਿਉਂ ਜਲ ਮੈਂ ਜਲ ਆਏ ਖਟਾਨਾ ਕਿਉ ਜੋਤੀ ਸੰਜੋਤ ਸਮਾਨਾ ਮਿਟ ਗਏ ਗਵਨ ਪਾਈ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਪੁੱਲ ਚੁੱਕ ਦੀ ਖਿਮਾ ਸਤਿਗੁਰੂ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਾਤ ਰੱਖਣ ਜੀਓ ਆਪਣੀ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਿਉ ਉਤਾਰ ਕਰਨ ਪਿਆਰ ਸਤ ਸਾਰੇ ਹੀ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ